ਅੱਜ ਦਾ ਵਿਚਾਰ ਸਤਿ ਸ਼੍ਰੀ ਅਕਾਲ ਜੀ ਪ੍ਰਾਈਮੇਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅਸੀਂ ਹਾਜ਼ਰ ਹੋ ਗਏ ਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦੇ ਲਈ ਵਿਚਾਰਾਂ ਦੀ ਸਾਂਝ ਪਾਉਣ ਦੇ ਲਈ ਪ੍ਰੋਗਰਾਮ ਚਾਹੀਦਾ ਵਿਚਾਰ ਦੇਖ ਰਹੇ ਹਾਂ ਤੁਸੀਂ ਪ੍ਰਾਈਮੇਸ਼ੀਆ ਟੀਵੀ ਤੇ ਮੈਂ ਹਾਂ ਹਰਮਨ ਥਿੰਦ ਮੇਰੇ ਨਾਲ ਨੇ ਸਵਰਨ ਸਿੰਘ ਟਾਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਟਾਣਾ ਸਾਹਿਬ ਕੀ ਹਾਲ ਚਾਲ ਹੈ ਬਿਲਕੁਲ ਠੀਕ ਹੈ ਜੀ ਚੜ੍ਹਦੀ ਕਲਾ ਜ਼ਿੰਦਗੀ ਕਿਵੇਂ ਚੱਲ ਰਹੀ ਹੈ ਜਿੰਦਗੀ ਜਿੰਦਾਬਾਦ ਹੈ ਜੀ ਮਾਤਾ ਜੀ ਹੁਣ ਠੀਕ ਠਾਕ ਹੈ ਮਾਤਾ ਜੀ ਤੰਦਰੁਸਤ ਨੇ ਬਹੁਤ ਮੈਨੂੰ ਤਸੱਲੀ ਹੈ ਤੇ ਤੁਹਾਡਾ ਸਾਰੇ ਹੀ ਜਿੰਨੇ ਜਾਣ ਸਾਥੀਓ ਭੈਣ ਭਾਈਓ ਦਿਲੀ ਸ਼ੁਕਰੀਆ ਜੀ ਤੇ ਹੁਣ ਆਪਾਂ ਮੌਸਮ ਦੀ ਹਾਲ ਬਿਆਨਨੀ ਕਰਦੀ ਹੈ ਟਾਣਾ ਸਾਹਿਬ ਮੌਸਮ ਤਾਂ ਪੰਜਾਬ ਦਾ ਅਜੀਬੋ ਗਰੀਬ ਦਾ ਬਣਿਆ ਪਿਆ ਜੀ ਮੈਂ ਠੰਡ ਐਲਾਨ ਦਿੱਤੀ ਆ ਤੁਸੀਂ ਐਲਾਨ ਦਿੱਤੀ ਆ ਮੈਂ ਹਲੇ ਕੋਟੀਆਂ ਬਾਹਰ ਕੱਢਣੀਆਂ ਧੁੱਪ ਜੀ ਲਵਾਉਂਗਾ ਤੇ ਮੈਂ ਵੀ ਐਲਾਨੀ ਲਓ ਅਗਲੇ ਹਫਤੇ ਤੋਂ ਬਿਲਕੁਲ ਇਹ ਜ਼ਰੂਰੀ ਹੈ ਤੁਹਾਡੇ ਲਈ ਕਿਉਂਕਿ ਜਿਸ ਹਿਸਾਬ ਦੇ ਨਾਲ ਮੌਸਮ ਆਪਣੇ ਰੰਗ ਵਟਾ ਰਿਹਾ ਉਸ ਹਿਸਾਬ ਨਾਲ ਆ ਜਿਹੜੀ ਕਦੀ ਛਾਤੀ ਜਾਮ ਕਦੀ ਖੰਡ ਲੱਗੀ ਜੀ 2 ਮਿੰਟ ਬਾਅਦ ਨਾ ਇੱਕ ਗੱਲ ਕਰਨ ਨੂੰ ਜੀ ਕਰਦਾ ਤੈਂ ਕਰਕੇ ਨਹੀਂ ਨਹੀਂ ਉਹ ਉਹਦਾ ਨਹੀਂ ਗੱਲ ਨਹੀਂ ਉਹਦਾ ਹੀ ਇੱਥੇ ਨਾ ਤਾਂ ਜੇ ਸਮੱਸਿਆ ਹੁੰਦੀ ਹੈ ਮੈਂ ਲੱਗਿਆ ਸੀ ਵੀ ਸ਼ਾਇਦ ਕਹਿਣਗੇ ਕਿ ਦੋ ਕੁ ਮਿੰਟ ਤਾਂ ਇੱਕ ਚੀਜ਼ ਕਰਨ ਨੂੰ ਜੀ ਕਰਦਾ ਨਹੀਂ 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 ਹਾਂ ਉਹਦਾ ਹੀ ਕਾਨੂੰਨ ਆ ਥੋੜਾ ਜਿਆਦਾ ਰਿਲੈਕਸ ਜਾ ਕਰਨ ਨੂੰ ਜੀ ਕਰਦਾ ਸ਼ਾਂਤ ਜਾ ਤੈਂ ਕਰਕੇ ਨਾ ਆਏ ਆਏ ਸੋ ਘਰੇ ਮੌਸਮ ਜਿਹੜਾ ਬਹੁਤ ਤਰ੍ਹਾਂ ਦੇ ਰੰਗ ਬਟਾ ਰਿਹਾ ਜਿਵੇਂ ਲੋਕ ਰੰਗ ਬਟਾਉਂਦੇ ਨੇਵੇਂ ਮੌਸਮ ਰੰਗ ਬਟਾਉਣ ਲੱਗਿਆ ਹੁਣ ਤੇ ਆਪਾਂ ਤਾਂ ਅਸਾਂ ਪਹਿਲਾਂ ਜਿਹੜਾ ਚਾਹੀਦਾ ਵਿਚਾਰਾ ਉਹਦੀ ਵੀ ਪਾਂਚ ਪਾ ਲਈਏ ਕਹਿੰਦੇ ਦੂਸਰੇ ਦੇ ਰਾਹ ਵਿੱਚ ਕੰਡੇ ਹਾਂ ਇੱਕ ਮਿੰਟ ਕੰਡੇ ਜਿੰਨੇ ਹੁਣ ਤਿੱਖੇ ਫੁੱਲ ਉਨਾ ਹੁੰਦਾ ਸੋਹਣਾ ਸਾਡੇ ਆਪਣੇ ਨਹੀਂ ਹੋਏ ਤੇ ਪਰਾਇਆ ਕਿੱਥੇ ਹੋਣਾ ਇਹ ਉਸਤਾਦ ਸਾਬਰ ਕੋਟੀ ਸਾਹਿਬ ਦਾ ਗੀਤ ਆ ਜਿਹੜੇ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਕੰਡਿਆਂ ਦੇ ਮੁਤਲਕ ਉਹਨਾਂ ਨੇ ਬਹੁਤ ਖੂਬਸੂਰਤ ਲਿਖਿਆ ਵੀ ਜਿੰਨੇ ਕੰਡੇ ਤਿੱਖੇ ਹੁੰਦੇ ਆ ਨਾ ਫੁੱਲ ਉਹਨਾਂ ਹੀ ਸੋਹਣਾ ਹੁੰਦਾ ਜਦੋਂ ਆਪਣੇ ਨਹੀਂ ਹੁੰਦੇ ਤੇ ਬਗਾਨਿਆਂ ਦੇ ਉੱਤੇ ਪਰਾਇਆਂ ਦੇ ਉੱਤੇ ਆਪਾਂ ਕੀ ਮਾਣ ਕਰਨਾ ਬਿਲਕੁਲ ਆਪਣੇ ਨਹੀਂ ਹੁੰਦੇ ਬਗਾਨੇ ਵੀ ਨਹੀਂ ਹੋਣਗੇ ਪਰ ਆਪਾਂ ਨੂੰ ਕੀ ਹੋਇਆ ਸੀ ਕਿਉਂ ਜਦੋਂ ਕੰਡੇ ਦੀ ਗੱਲ ਆ ਗਈ ਮੈਂ ਚੱਕ ਲਿਆ ਉਹ ਕਹਦੇ ਹੁੰਦੇ ਨਾ ਵੀ ਬੋਲੀ ਮੈਂ ਪਾਵਾਂ ਵੀ ਜਿੱਥੇ ਬੋਲੀ ਜੀ ਕਰੇ ਚੱਕ ਲਈ ਤੂੰ ਤੇ ਆਪਾਂ ਚੱਕ ਲਈ ਉਹ ਨਹੀਂ ਐ ਨਹੀਂ ਚੱਕਣੀ ਮੈਂ ਤਾਂ ਕੁਝ ਹੋਰ ਕਹਿਣ ਲੱਗੀ ਸੀ ਤੁਹਾਡੀ ਗੱਲ ਹਲੇ ਮੁੱਕੀ ਨਹੀਂ ਸੀ ਨਹੀਂ ਮੁੱਕੀ ਸੀ ਆਪਾਂ ਵਿੱਚੇ ਹੀ ਭੁੱਲ ਲਿਆ ਵਿੱਚੇ ਹੀ ਕੰਡੇ ਆ ਗਏ ਪਤਾ ਹੀ ਨਹੀਂ ਲੱਗਿਆ ਕੀ ਬਣ ਗਿਆ ਹਾਂ ਮੈਂ ਕਹਿਣ ਲੱਗੀ ਸੀ ਵੀ ਦੂਸਰੇ ਤੇ ਰਾਹਾਂ ਦੇ ਵਿੱਚ ਕੰਡੇ ਬੀਜਣ ਲੱਗਿਆ ਹਾਂ ਸਮਾਂ ਜਗਾ ਮਹੀਨਾ ਸਾਲ ਲਿਖ ਲਿਆ ਕਰੋ ਅੱਛਾ ਕਿਉਂਕਿ ਜਦੋਂ ਕੁਦਰਤ ਬਾਜੀ ਮੋੜਨ ਤੇ ਆਉਂਦੀ ਹੈ ਨਾ ਫਿਰ ਬੰਦਾ ਇਹ ਕਹਿੰਦਾ ਮੇਰੇ ਨਾਲ ਹੀ ਪਤਾ ਨਹੀਂ ਕਿਉਂ ਤਕਾ ਹੁੰਦਾ ਬਹੁਤ ਖੂਬਸੂਰਤ ਗੱਲ ਕਹੀ ਤੁਸੀਂ ਕਮਾਲ ਕਰਤੀ ਜੇਕਰ ਤੁਸੀਂ ਕਿਸੇ ਨਾਲ ਮਾੜਾ ਕਰਦੇ ਹੋ ਤੇ ਲਿਖ ਕੇ ਦੇਣ ਨੂੰ ਤਿਆਰ ਆ ਵੀ ਹੋਣਾ ਤੁਹਾਡੇ ਨਾਲ ਵੀ ਉਵੇਂ ਹੀ ਇਹ ਦੇਰੀ ਹੋ ਸਕਦੀ ਆ ਪਰ ਮਾੜੇ ਕੰਮ ਦਾ ਨਤੀਜਾ ਹੁੰਦਾ ਮਾੜਾ ਤੇ ਇਹ ਗੱਲ ਜ਼ਰੂਰ ਚੇਤੇ ਦੇ ਵਿੱਚ ਵਸਾ ਕੇ ਰੱਖਣੀ ਚਾਹੀਦੀ ਆ ਸੋ ਜੇ ਤੁਸੀਂ ਕਿਸੇ ਦਾ ਚੰਗਾ ਕਰਦੇ ਹੋ ਤਾਂ ਦੇਰ ਸਵੇਰ ਤੁਹਾਨੂੰ ਉਹਦਾ ਮੋੜਵਾ ਮੁੱਲ ਚੰਗੇ ਦੇ ਰੂਪ ਦੇ ਵਿੱਚ ਮਿਲਦਾ ਤੇ ਜੇ ਤੁਸੀਂ ਕਿਸੇ ਦਾ ਮਾੜਾ ਕਰਦੇ ਹੋ ਹੋ ਸਕਦਾ ਸਾਹਮਣੇ ਵਾਲੇ ਨੂੰ ਪਤਾ ਨਾ ਲੱਗਦਾ ਹੋਵੇ ਵੀ ਭਾਈ ਇਹਨੇ ਮੇਰਾ ਮਾੜਾ ਕਰਤਾ ਪਰ ਕੁਦਰਤ ਬਹੁਤ ਬਲਵਾਨ ਆ ਤੁਸੀਂ ਕੰਡ ਦੇ ਵਿੱਚ ਜਿੰਨੀ ਰਫਤਾਰ ਨਾਲ ਗੇਂਦ ਮਾਰਦੇ ਹੋ ਵਾਪਸ ਆਉਂਦੀ ਆ ਖੂ ਦੇ ਵਿੱਚ ਜਿਹੋ ਜੀ ਆਵਾਜ਼ ਮਾਰੋਗੇ ਉਹ ਬਾਹਰ ਉਹੋ ਜੀ ਆਉਂਦੀ ਆ ਕੁਦਰਤ ਸਾਰਾ ਕੁਝ ਦੇਖਦੀ ਆ ਇੱਕ ਨਾ ਇੱਕ ਦਿਨ ਭਾਜੀ ਮੁੜਦੀ ਆ ਤੇ ਫਿਰ ਆਪਾਂ ਨਾ ਮੰਨਦੇ ਨਹੀਂਗੇ ਫਿਰ ਵੀ ਕਹਿੰਦੇ ਰਹਿੰਦੇ ਆ ਅਸੀਂ ਤਾਂ ਜੀ ਦੇਖੋ ਮਹਾਰਾਜ ਦਾ ਨਾਮ ਬਹੁਤ ਲੈਨੇ ਆ ਅਸੀਂ ਤਾਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਪਤਾ ਨਹੀਂ ਸਾਡੇ ਨਾਲ ਹੀ ਇਦਾਂ ਕਿਉਂ ਹੁੰਦਾ ਪਰ ਕੀਤਾ ਹੁੰਦਾ ਤਾਂ ਹੁੰਦਾ ਬਿਲਕੁਲ ਸਹੀ ਸੋ ਇਸ ਲਈ ਸਮੇਂ ਨੂੰ ਕਦੇ ਵੀ ਛੋਟਾ ਨਾ ਜਾਣੋ ਇਹ ਸਮਾਂ ਜ਼ਰੂਰ ਜਵਾਬ ਦਿੰਦਾ ਇਸ ਲਈ ਕਹਿੰਦੇ ਨੇ ਜਿਹਾ ਬੀਜੋਗੇ ਤੇਹਾ ਵੱਡੋਗੇ ਜੇ ਆਪਾਂ ਕੰਡੇ ਬੀਜੇ ਨੇ ਤੇ ਫਿਰ ਉੱਥੇ ਫੁੱਲ ਜਿਹੜੇ ਆ ਉਹ ਨਹੀਂ ਉਗ ਸਕਦੇ ਕੰਡੇ ਉਗਦੇ ਤੇ ਮੇਰਾ ਗਾਣਾ ਗਲਤ ਤਾਂ ਨਹੀਂ ਸੀ ਕੀ ਕੰਡੇ ਜਿੰਨੇ ਹੁਣ ਤਿੱਖੇ ਤੇ ਫੁੱਲ ਉਨਾ ਹੀ ਹੁੰਦਾ ਸੋਹਣਾ ਹੁੰਦਾ ਤੇ ਚਾਜਦਾ ਵਿਚਾਰ ਮੇਰਾ ਵੀ ਆਉਣ ਦਿਓ ਆਉਣ ਦਿਓ ਕਦਮ ਹਾਂਜੀ ਕਲਮ ਹੂੰ ਤੇ ਕਸਮ ਹੂੰ ਕਦਮ ਕਲਮ ਤੇ ਕਸਮ ਹਮੇਸ਼ਾ ਸੋਚ ਸਮਝ ਕੇ ਚੁੱਕੋ ਵਾਹ ਛਾ ਗਈ ਗੁਰੂ ਆ ਇੰਨੀ ਸੀ ਇੰਨੀਆਂ ਦੇ ਵਿੱਚ ਹੀ ਬਹੁਤ ਕੁਝ ਕਹਿ ਗਏ ਕਦਮ ਚੁੱਕਣ ਤੋਂ ਪਹਿਲਾਂ 100 ਵਾਰੀ ਸੋਚ ਲਓ ਪਹਿਲੀ ਗਲਤੀ ਇਹ ਆ ਵੀ ਤੁਸੀਂ ਲੱਖ ਵਾਰੀ ਸੋਚੋ ਵੀ ਮੈਂ ਪੈਰ ਉਧਰ ਨੂੰ ਪੱਟਣਾ ਕਿ ਨਹੀਂ ਪਰ ਜਦੋਂ ਪੱਟ ਲਿਆ ਫਿਰ ਸੋਚੋ ਹੀ ਨਾ ਹੁਣ ਤਾਂ ਪੱਟ ਲਿਆ ਜੀ ਕਲਮ ਚੁੱਕਣ ਤੋਂ ਪਹਿਲਾਂ 100 ਵਾਰ ਸੋਚੋ ਲੱਖ ਵਾਰ ਸੋਚੋ ਜਦੋਂ ਚੁੱਕ ਲਈ ਹਕੀਕਤ ਲਿਖੋ ਤੇ ਇੱਕ ਤਾਂ ਸਮੇਂ ਚੁੱਕਣ ਤੋਂ ਪਹਿਲਾਂ ਲੱਖ ਵਾਰੀ ਸੋਚ ਲਓ ਜਦੋਂ ਥਾਣੀ ਕਸਮ ਤੇ ਫਿਰ ਬੰਬ ਲਾ ਦਿਓ ਬਿਲਕੁਲ ਸਹੀ ਫਿਰ ਉਦੋਂ ਮੁੱਖ ਮੰਤਰੀ ਸਾਹਿਬ ਨਹੀਂ ਬਣਨਾ ਜੀ ਵੀ 4 ਹਫ਼ਤੇ ਚਾਹੇ ਕਰ ਦੇਣਗੇ ਉਹ ਮੁਕਰਨਾ ਨਹੀਂ ਆਪਾਂ ਜੀ ਬਿਲਕੁਲ ਹੂੰ ਰਮਨਜੀਤ ਪਿਛਲੇ 3-4 ਦਿਨਾਂ ਤੋਂ ਮੈਨੂੰ ਫੋਟੋਆਂ ਆ ਰਹੀਆਂ ਜੀ ਉਹਦੇ ਵਿੱਚ ਟਰੰਪ ਸਾਹਿਬ ਆ ਜਿਹੜੇ ਉਹਨਾਂ ਨੇ ਜੱਫੀ ਪਾਈ ਹੋਈ ਹੈ ਇੱਕ ਸਾਥੀ ਨੂੰ ਜੀ ਤੇ ਥੱਲੇ ਕਈ ਲੋਕਾਂ ਨੇ ਲਿਖਿਆ ਜ਼ਿੰਦਗੀ ਤਬਾਹ ਕਰ ਦਿੰਦੀਆਂ ਮਾਰੇ ਬੰਦੇਆਂ ਨਾਲ ਲੱਗ ਯਾਰ ਗਿਆ ਪਤਾ ਨਹੀਂ ਕਿਉਂ ਲੋਕ ਇਹ ਗੱਲਾਂ ਵਾਰ-ਵਾਰ ਭੇਜ ਰਹੇ ਆ ਕਿਸੇ ਵਿਅਕਤੀ ਵਿਸ਼ੇਸ਼ ਦੇ ਉੱਤੇ ਅਸੀਂ ਨਹੀਂ ਇਹ ਚੋਟ ਮਾਰਦੇ ਛੱਟ ਮਾਰਦੇ ਪਰ ਇਦਾਂ ਦੀਆਂ ਗੱਲਾਂ ਆ ਰਹੀਆਂ ਲੋਕਾਂ ਦੇ ਚੇਤੇ ਚ ਜੀ 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 ਬਹੁਤ ਤਰ੍ਹਾਂ ਦੀਆਂ ਵੀਡੀਓਜ਼ ਵੀ ਬਣ ਕੇ ਅੱਗੇ ਤੋਂ ਅੱਗੇ ਫੈਲ ਰਹੀਆਂ ਨੇ ਉਹ ਕਹਿੰਦੇ ਵੀ ਹੁਣ ਟਰੰਪ ਸਾਹਿਬ ਨੂੰ ਕਹਿੰਦੇ ਪੱਤਰਕਾਰਾਂ ਨੇ ਸਵਾਲ ਪੁੱਛਿਆ ਜੀ ਵੀ ਤੁਸੀਂ ਜਾਂਦੇ ਜਾਂਦੇ ਵਾਈਟ ਹਾਊਸ ਨੂੰ ਛੱਡਣ ਮੌਕੇ ਕੀ ਕਹਿਣਾ ਚਾਹੋਗੇ ਬਸ ਕਹਿੰਦਾ ਮੈਂ ਇੱਕੋ ਗੱਲ ਕਹਿਣੀ ਚਾਹੂੰਗਾ ਜਿਹੜੇ ਕੰਧਾਂ ਉੱਚੀਆਂ ਕਰਕੇ ਗਰੀਬੀ ਲੁਕੋਂਦੇ ਯਕੀਨ ਨਹੀਂ ਕਰਨਾ ਕਦੇ ਹਾਂ ਕਦੇ ਵੀ ਉਹਨਾਂ ਤੇ ਵਿਸ਼ਵਾਸ ਨਹੀਂ ਕਰਨਾ ਸੋ ਖੈਰ ਟੈਣਾ ਸਾਹਿਬ ਗੱਲਾਂ ਬਹੁਤ ਤਰ੍ਹਾਂ ਦੀਆਂ ਬੜੀਆਂ ਹੋਈਆਂ ਨੇ ਕੋਈ ਕੁਸ਼ ਕਹੀ ਜਾਂਦਾ ਕੋਈ ਕੁਸ਼ ਕਹੀ ਜਾਂਦਾ ਬਹੁਤ ਸਾਰੀਆਂ ਵੀਡੀਓਜ਼ ਜ ਦੇ ਅੰਦਰ ਕਲਾ ਇੰਨੀ ਕੋਟ-ਕਟਕੇ ਭਰੀ ਹੋਈ ਹੈ ਵੀ ਤੁਸੀਂ ਨਾ ਜਦੋਂ ਇਦਾਂ ਦੀਆਂ ਵੀਡੀਓਜ਼ ਜਾਂ ਇਦਾਂ ਦੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਫਿਰ ਬੰਦਾ ਸੋਚਦਾ ਵੀ ਆਹ ਵੀ ਕਿਸੇ ਦੇ ਦਿਮਾਗ ਦੀ ਕਾੜ ਹੋਊਗੀ ਆਪਾਂ ਐਵੇਂ ਹੀ ਕਹੀ ਜਾਂਦੇ ਆ ਵੀ ਪੰਜਾਬ ਦੀ ਇੱਕ ਨੇਤਾ ਬੀਬੀ ਆ ਜਿਹਨੇ ਲੰਮਾ ਸਮਾਂ ਕੋਠੀ ਨਹੀਂ ਛੱਡੀ ਪੰਜਾਬ ਦਾ ਇੱਕ ਫਲਾਣਾ ਸਾਬਕਾ ਨੇਤਾ ਉਹ ਸਰਕਾਰੀ ਕੋਠੀ ਨਹੀਂ ਛੱਡਦਾ ਉਧਰੋਂ ਟਰੰਪ ਨਹੀਂ ਛੱਡ ਕੇ ਰਾਜ਼ੀ ਉਹ ਕਿਹੜਾ ਯਾਰ ਵਾਈਟ ਹਾਊਸ ਹੀ ਨਹੀਂ ਛੱਡਦੇ ਨਹੀਂ ਪਰ ਮੈਂ ਤਾਂ ਸੁਣਿਆ ਟੈਣਾ ਸਾਹਿਬ ਜੋ ਭਾਰਤ ਦਾ ਮੀਡੀਆ ਦੱਸ ਰਿਹਾ ਹੈ ਕਿ ਟਰੰਪ ਭਾਵੇਂ ਕੋਠੀ ਛੱਡਣ ਨੂੰ ਰਾਜ਼ੀ ਆ ਜਾਂ ਨਹੀਂ ਰਾਜ਼ੀ ਪਰ ਉਹਨਾਂ ਦੀ ਘਰ ਵਾਲੀ ਉਹਨਾਂ ਨੂੰ ਛ ਉਹ ਮਲਾਨੀਆਂ ਬਾੜੀ ਕਬੀ ਨਿਕਲੀ ਤੇਰੀ ਵੀ ਤੂੰ ਬੰਦਾ ਬਣ ਕੇ ਇਹਨੂੰ ਛੱਡ ਦੇ ਤੇ ਮੈਂ ਤੈਨੂੰ ਤਲਾਕ ਦੇਣਾ ਹੂੰ ਲੋ ਜੀ ਮਤਲਬ ਇਹ ਅੱ비 ਕੁਰਸੀ ਵੀ ਗਈ ਤੇ ਉਹ ਵੀ ਗਈ ਹਾਂ ਹੁਣ ਇਹ ਕਹਿੰਦੇ ਵੀ ਪਿਛਲੇ ਕਾਫੀ ਲੰਮੇ ਸਮੇਂ ਤੋਂ ਨਾ ਅੰਦਰ ਖਾਤੇ ਕੋਈ ਨਾ ਕੋਈ ਅਗਦੀ ਸੁਲਗਦੀ ਸੀ ਤੇ ਹੁਣ ਕਹਿੰਦੇ ਵੀ ਇਹ ਭਾਂਬੜ ਜਾਂ ਬਣੀ ਆ ਚਲੋ ਇਹ ਤਾਂ ਉਹਨਾਂ ਦੀ ਗੱਲ ਹੋਈ ਨਿੱਜੀ ਉਹ ਛੱਡੇ ਨਾ ਛੱਡੇ ਮਰਜ਼ੀ ਪਰ ਕਹਿੰਦਾ ਵੀ ਮੈਂ ਵਾਈਟ ਹਾਊਸ ਨਹੀਂ ਛੱਡਦਾ ਅੱਛਾ ਜੀ ਕਹਿੰਦਾ ਵੀ ਜੋ ਬਾਈਡਨ ਮੇਰੇ ਮੂਰੇ ਕੀ ਚੀਜ਼ ਆ ਓਏ ਹੋਏ ਹੋਏ ਮੈਂ ਕੱਖ ਨਹੀਂ ਸਮਝਦਾ ਇਹਨੂੰ ਹਾਂ ਉਹ ਬਸ ਗੁੱਸੇ 'ਚ ਮੁੱਕਾ ਜਿਹਾ ਬਣਾਏ ਰੱਖ Yeah. <laughs> ਪਰ ਗੱਲ ਇਹ ਐ ਵੀ ਹੁਣ ਉਹਨਾਂ ਨੂੰ ਸਮਝ ਜਾਣਾ ਚਾਹੀਦਾ ਨਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਚੁੱਕਿਆ। ਉਹ ਜਦੋਂ ਪਿਛਲੇ ਦਿਨੀ ਨਤੀਜਾ ਆਇਆ ਨਾ ਵੀ ਭਾਈ ਆ ਜਿਹੜਾ ਜੋ ਬਾਈਡਨ ਆ ਉਹਨੇ ਰਾਸ਼ਟਰਪਤੀ ਬਣ ਜਾਣਾ। ਜਨਾਬ ਉਹ ਖੇਡ ਖੇਡਦੇ ਸੀਗੇ ਖਿੱਦੋ ਖੁੰਡੀ ਦੀ ਉਹਨੂੰ ਕੀ ਕਹਿੰਦੇ ਆ? ਗੋਲਫ। ਗੋਲਫ। ਉਹ ਕਿੱਦੋਂ ਖੁੰਡੀ ਨਹੀਂ ਹੁੰਦੀ। ਉਹ ਮੈਨੂੰ ਤਾਂ ਇਹਨਾਂ ਬੜਾ ਡੱਡਾ ਜਾਇ ਮਾਰਦੇ ਜ਼ੋਰ ਦੀ ਉਹ ਕੁੱਤੇ ਜਾਂਦੀ ਬੁਰਤਦੀ ਉਹ। ਖਿੱਦੋ ਖੁੰਡੀ ਤਾਂ ਹਾਕੀ ਹੁੰਦੀ ਐ। ਉਹ ਮੇਰੇ ਲਈ ਤਾਂ ਉਹ ਹਾਕੀ ਆ ਜਿਹੜੀ ਮੁੜੀ ਜੀ ਹੋਵੇ ਉਹ ਹਾਕੀ ਆ ਬਸ। ਅੱਛਾ। ਆ ਗੋਲਫ ਖੇਡਦੇ ਪੈ ਸੀ। ਗੋਲਫ ਖੇਡਦੇ ਸੀਗੇ ਤੇ ਉਹ ਹਲੇਕੜਾ ਆਖਰੀ ਨਤੀਜੇ ਆ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਅੱਛਾ ਕਦਾ ਪਰਵਾਹ ਹੀ ਕੋਈ ਨਹੀਂ ਆਹਾਂ ਯਾਰ ਹੁੰਦੇ ਕੌਣਾ ਕਦਾ ਟਰੰਪ ਹੋਣਾ ਮੈਂ ਹਾਂ ਐਵੇਂ ਨਹੀਂ ਮੈਨੂੰ ਟਰੰਪ ਟਰੰਪ ਕਹਿੰਦੇ ਹਾਂ ਪਰ ਪਰ ਜਿਸ ਤਰੀਕੇ ਦੇ ਨਾਲ ਟਰੰਪ ਸਾਹਿਬ ਨੇ ਝੂਠ ਬੋਲੇ ਆ ਹੁਣ ਖਬਰਾਂ ਵਿੱਚ ਆ ਰਹੀਆਂ ਵੀ ਉਹਨੇ 1 ਸਾਲ ਦੇ ਵਿੱਚ ਇੰਨੇ ਲੱਖ ਇੰਨੇ ਹਜ਼ਾਰ ਝੂਠ ਬੋਲੇ ਉਹ ਤਾਂ ਜੀ ਹਾਲੇ ਵੀ ਨਹੀਂ ਛੱਡਦਾ ਕੋਠੀ ਆਪਦੀ ਇਹ ਜਿਹੜਾ ਵਾਈਟ ਹਾਊਸ ਨਹੀਂ ਛੱਡ ਰਿਹਾ ਉਹ ਜੀ ਹਾਲੇ ਵੀ ਨਹੀਂ ਆਪਣੀ ਹਾਰ ਮੰਨਦਾ ਉਹਨੂੰ ਤਾਂ ਜੀ ਹੋ ਸਕਦਾ ਫੌਜੀ ਬਾਹਰ ਕੱਢੇ ਤਾਂ ਕਿਤੋਂ ਕਿਤ ਮਾਰ ਕੇ ਵੀ ਇਦਾਂ ਨਹੀਂ ਆ ਗੱਲਾਂ ਜਦੋਂ ਮੈਂ ਸੁਣਦਾ ਨਾ ਤੇ ਮੈਨੂੰ ਲੱਗਦਾ ਵੀ ਟਰੰਪ ਸਾਹਿਬ ਨੂੰ ਭਾਰਤ ਦੇ ਵੱਲ ਆ ਜਾਣਾ ਚਾਹੀਦਾ ਯਕੀਨ ਮੰਨਿਓ ਮਨ ਚਾਹਿਆ ਉਹਦਾ ਮਿਲੂਗਾ ਸਾਰੀਆਂ ਇੱਥੋਂ ਵਾਲੀਆਂ ਕਲਾਮਾਂ ਹੈਗੀਆਂ ਨਾ ਮੰਨਣਾ ਆਪਾਂ ਮੁਕਰ ਲੱਗੇ ਮਿੰਟ ਲਾਉਣਾ ਆਪਾਂ ਆਪਾਂ ਘਰ ਦੀ ਛੱਡ ਕੇ ਰਾਜ਼ੀ ਆਪਾਂ ਨੂੰ ਜੋ ਮਰਜ਼ੀ ਛੱਡ ਜਵੇ ਆਪਾਂ ਉਹਨੂੰ ਸਮਝਦੇ ਕੁਛ ਨਹੀਂ ਸੋ ਇਸ ਕਰਕੇ ਸਾਰੀਆਂ ਕਲਾਮਾਂ ਇੱਥੋਂ ਵਾਲਿਆਂ ਨਾਲ ਆ ਜਿਨ੍ਹਾਂ ਦਾ ਜਫੀ ਦੀ ਸਾਜਾ ਮੰਨ ਜੋ ਇਧਰ ਆਜੋ ਬਿਲਕੁਲ ਉਹਨਾਂ ਨੂੰ ਹੀ ਕਹੋ ਵੀ ਕਿਤੇ ਤੁਹਾਨੂੰ ਸੱਦ ਲੈਣ ਤਾਂ ਮੈਂ ਕਹਿੰਨੀ ਆ ਵੀ ਜ਼ਿੰਦਗੀ ਬਣ ਜੂਗੀ ਬਿਲਕੁਲ ਪਰ ਇਹ ਵੀ ਗੱਲ ਆ ਹਰਮਨ ਜੀ ਵੀ ਪੋਚੀ ਯਾਰ ਨਹੀਂ ਫੱਟੀ ਆ ਹਾ ਮੰਨੇ ਜਾਂ ਨਾ ਮੰਨੇ ਬੰਦਾ ਆਪਣੀ ਯਾਰੀ ਦੋਸਤੀ ਨਾਲ ਪਛਾਣਿਆ ਜਾਂਦਾ ਹੈ ਟਾਣੇ ਐਵੇਂ ਨਹੀਂ ਕਹਿੰਦੇ ਦੇਖੋ ਇੱਕ ਗੱਲ ਸਿਆਣੇ ਕਹਿੰਦੇ ਆ ਜਿਹੜੀ ਕਿ ਸਮਝਣੀ ਚਾਹੀਦੀ ਆ ਵੀ ਕਿਸੇ ਬੰਦੇ ਦੀ ਕਿਸੇ ਨਾਲ ਦੋਸਤੀ ਪੈਂਦੀ ਹੈ ਨਾ ਜਦੋਂ ਉਹਦੇ ਗੁਣ ਜਾਂ ਔਗਣ ਮੇਲ ਖਾਂਦੇ ਹੁੰਦੇ ਆ ਹੁਣ ਮੈਂ ਨਹੀਂ ਕਹਿੰਦਾ ਵੀ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਕਿਹੜੇ ਕਿਹੜੇ ਗੁਣ ਸਾਡੇ ਵਾਲਿਆਂ ਨਾਲ ਮੇਲ ਖਾਂਦੇ ਆ ਜਾਂ ਔਗਣ ਪਰ ਕੁਛ ਨਾ ਕੁਛ ਮਿਲਦਾ ਜ਼ਰੂਰ ਕੋਈ ਗੱਲ ਤਾਂ ਹੈ ਕੋਈ ਗੱਲ ਹੈ ਹਾਂ ਜਿਹੜਾ ਐਵੇਂ ਨਹੀਂ ਹਾਂ ਇਹ ਟੱਕੀ ਰਿੱਜਣ ਦਿਓ ਹਾਂ ਬਾਹਰ ਨਾ ਨਿਕਲੇ ਬਾਹਰ ਹਾਂ ਚੰਚ ਦਾ ਵਿਚਾਰ ਸਨਾ ਸਾਹਿਬ ਜੇ ਤੁਸੀਂ ਵਿਦੇਸ਼ੀ ਖਬਰਾਂ ਦੀ ਸਾਂਝ ਪਾਉਣੀ ਸ਼ੁਰੂ ਕਰ ਦਿੱਤੀ ਹੈ ਤਾਂ ਇੱਕ ਖਬਰ ਤੁਹਾਨੂੰ ਮੈਂ ਵੀ ਦੱਸ ਦਿੰਨੀ ਹੈ ਇਹ ਖਬਰ ਪੜ੍ਹ ਕੇ ਮੈਨੂੰ ਸਮਝ ਨਹੀਂ ਆਇਆ ਵੀ ਮੈਂ ਭਾਈ ਸਾਹਿਬ ਨੂੰ ਸ਼ਾਬਾਸ਼ ਦੇਵਾਂ ਦੇਸ਼ ਕਿਹੜਾ థਾਈਲੈਂਡ ਦੰਦਾ ਉਹ ਨਹੀਂ ਐ ਨਹੀਂ ਕਹਿਣਾ ਸੱਚ ਮੈਨੂੰ ਸਮਝ ਨਹੀਂ ਆਇਆ ਵੀ ਮੈਂ ਭਾਈ ਭਾਈ ਸਾਹਿਬ ਨੂੰ ਸ਼ਾਬਾਸ਼ ਦੇਵਾਂ ਇਹਨਾਂ ਨੂੰ ਖਤਰੋਗਾ ਖਿਲਾੜੀ ਕਹਾਂ ਇਹਨਾਂ ਨੂੰ ਮੈਂ ਸਲਾਹ ਦੇਵਾਂ ਕਿ ਇਹਨਾਂ ਤੋਂ ਤਰਸ ਖਾਵਾਂ ਮੈਨੂੰ ਨਹੀਂ ਸਮਝ ਆਈ ਸਮੱਸਿਆ ਕੀ ਆ ਗਈ ਉਹ ਭਾਈ ਸਾਹਿਬ ਨੇ ਵਿਆਹ ਕਰਾਇਆ ਤਾਂ ਸਾਰੀ ਦੁਨੀਆ ਕਰਵਾਉਂਦੀ ਆ ਭਾਈ ਸਾਹਿਬ ਨੇ ਪਹਿਲੀ ਵਾਰ ਕਰਾਇਆ ਕਿ ਆਖਰੀ ਵਾਰ ਹੀ ਕਰਾਇਆ ਨਹੀਂ ਨਹੀਂ ਭਾਈ ਸਾਹਿਬ ਨੇ ਵਿਆਹ ਤਾਂ ਕਰਾਇਆ ਸਾਰੀ ਦੁਨੀਆ ਤਾਂ ਕਰਾਉਂਦੀ ਹੈ ਪਰ ਜਿਹਦੇ ਨਾਲ ਭਾਈ ਸਾਹਿਬ ਨੇ ਕਰਾਇਆ ਉਹਦੇ ਨਾਲ ਨਹੀਂ ਦੁਨੀਆ ਕਰਾਉਂਦੀ ਕਿਉਂ ਮਤਲਬ ਇਹ ਕੋਈ ਔਰਤ ਹੋਊਗੀ ਕੋਈ ਕੁੜੀ ਹੋਊਗੀ ਇਹਦੀ ਦਿਲਰੁਬਾ ਹੋਊਗੀ ਤੇਰੇ ਚੇਤੇ ਦੇ ਵਿੱਚ ਵਸਦੀ ਹੋਊਗੀ ਇਹਨੂੰ ਸੁਪਨੇ ਆਉਂਦੇ ਹੋਣੇ ਆ ਵੀ ਮੇਰੀ ਰਾਜਕੁਮਾਰੀ ਆ ਇਹ ਕਹਿਣਾ ਹੁਣ ਤੇਰੇ ਲਈ ਮੈਂ ਚੰਨ ਤਾਰੇ ਤੋੜ ਕੇ ਤੇਰੇ ਜੂੜੇ 'ਚ ਫਸਾ ਦਿਆਂ ਜੂੜੇ 'ਚ ਕੌਣ ਫਸਾਉਂਦਾ ਚੁੰਨੀ ਚ ਲਾਈ ਦੇ ਉਹ ਮੈਂ ਯਾਰ ਥੋੜਾ ਜਿਆ ਅੱਗੇ ਵਧਿਆ ਕਰੋ

ਦੇ ਇਹ ਇਦਨਾਰ ਸਹੀ ਤਰ੍ਹਾਂ ਨਾਰ ਰਿਆ ਨਾ ਤਾਂ ਉਹ ਇਹਨੂੰ ਜ਼ਰੂਰ ਤੋੜ ਦੂਗੀ ਤੇ ਕੀ ਮਤਲਬ ਵੀ ਇਹਦਾਜ ਦਾ ਕੇਸ ਕਰ ਦੂਗੀ ਨਹੀਂ ਉਹ ਇਦਾਂ ਹੀ ਹੁੰਦਾ ਵੀ ਇਹਨੇ ਭਾਈ ਮੇਰੇ ਨਾਲ ਐ ਕੀਤਾ ਇਹਨੇ ਮੈਨੂੰ ਵਿਆਹ ਦਾ ਝਾਲਸਾ ਦੇ ਕੇ ਰੱਖਦਾ ਰਿਆ ਕੁਝ ਏਦਾਂ ਦੀ ਗੱਲ ਬਣਾ ਦੂ ਕੁਝ ਨਹੀਂ ਏਦਾਂ ਦਾ ਹੈਗਾ THAILAND ਤੋਂ ਖਬਰ ਸਾਹਮਣੇ ਆਈ ਹੈ ਇੱਕ ਬੰਦਾ ਉਹਨੇ ਵਿਆਹ ਕਰਾਇਆ ਇੱਕ ਨਾਗਨ ਨਾ ਉਰੇ ਪੰਮੜਾ ਬੂ ਹੋ ਜਾ ਮੈਂ ਮੇਰਾ ਗਲੇਡੂ ਬਾਹਰ ਆ ਗਿਆ ਸੀ ਤੁਹਾਡਾ ਕਾ ਇੱਥੋਂ ਹੋ ਕੇ ਮੁੜਿਆ ਨਾਗੜ ਨਾਲ ਵਿਆਹ ਕਰਾ ਲਿਆ ਨਾਗੜ ਨਾਲ ਵਿਆਹ ਕਰਾਇਆ ਇਹ ਬੰਦਾ ਕਹਿੰਦਾ ਕਿ ਜਿਹੜੀ ਨਾਗਣੇ ਨਾਗਣ ਨਹੀਂ ਆ ਇਹ ਮੇਰੀ ਪ੍ਰੇਮਿਕਾ ਹੈ ਇਹਦੀ ਮੌਤ ਹੋ ਗਈ ਸੀ ਤੇ ਉਹਨੇ ਦੂਜਾ ਜਨਮ ਇਸ ਨਾਗਣ ਦੇ ਰੂਪ ਦੇ ਵਿੱਚ ਲਿਆ ਕੁੱਗੀ ਬਣ ਜਾਂਦੀ ਤਬੂਤਰੀ ਬਣ ਜਾਂਦੀ ਜਿੜੀ ਬਣ ਜਾਂਦੀ ਬੁਲਬੁਲ ਬਣ ਜਾਂਦੀ ਕੋਇਲ ਬਣ ਜਾਂਦੀ ਤੂੰ ਨਾਗ ਨਹੀਂ ਬਣਨਾ ਸੀ ਪਤਾ ਨਹੀਂ ਭਾਈ ਸਾਹਿਬ ਕਹਿੰਦੇ ਵੀ ਇਹ ਨਾਗਣ ਮੇਰੀ ਘਰ ਵਾਲੀ ਹੈ ਔਰ ਇਹ ਜਿਹੜਾ ਸੱਪ ਆ 10 ਫੁੱਟ ਲੰਮਾ ਹੈ ਤੇ ਪੂਰੇ ਘਰ ਵਾਲੀ ਬਣਾ ਕੇ ਰੱਖਦਾ ਉਹਨੂੰ ਟੀਵੀ ਦਿਖਾਉਂਦਾ ਹਾਂ ਉਹਨੂੰ ਆਪਣੇ ਨਾਲ ਰੱਖਦਾ ਖਾਣ ਪੀਣ ਦਾ ਉਹਦੇ ਖਿਆਲ ਰੱਖਦਾ ਹੈ ਨਾ ਜ਼ਹਿਰ ਦੋਵਾਂ ਚੋਂ ਵੱਧ ਕਿਹਦੇ ਚ ਇਹ ਨਹੀਂ ਪਤਾ ਟੈਣਾ ਸਾਹਿਬ ਕੌਣ ਕੀੜੀ ਚੂ ਸਕਦਾ ਜ਼ਿੱਥੇ ਘੁੰਮਣ ਜਾਂਦੇ ਐ ਉਹਨੂੰ ਨਾਲ ਲੈ ਕੇ ਜਾਂਦਾ ਮੈਂ ਇੱਕ ਗੱਲ ਦੱਸਾਂ ਇਹ ਜਦੋਂ ਪਹਿਲੀ ਜਿਹੜੀ ਇਹਦੀ ਸਹੇਲੀ ਤੁਰ ਗਈ ਨਾ ਇਹ ਹਿੱਲ ਗਿਆ ਜਿੱਦੇ ਉਹ ਹਿਲਗੀ ਨੂੰ ਦੱਸੂ ਫਿਰ ਹਾਂ ਮੈਂ ਹੀ ਉਹ ਜਿਹਨੂੰ ਪਟਾਰੀ ਦੀ ਚੱਕੀ ਫਿਰਦਲ ਹਾਂ ਪਟਾਰੀ ਕਹਦੇ ਉਹ ਤਾਂ ਖੁੱਲੇ ਆਮ ਤੋ ਨਹੀਂ ਮੈਨੂੰ ਤਮੰਨਾ ਬਣਾਉ ਉਸ ਦਿਨ ਹਾਂ ਉਹਨਾਂ ਨੇ ਇਹਨੂੰ ਨਾਚ ਨੂੰ ਚਾਹੂ ਵੇਖੀ ਤਾਂ ਜਾ ਤੁਸੀਂ ਮੈਂ ਤਾਂ ਤਸਵੀਰਾਂ ਵੇਖ ਕੇ ਹੈਰਾਨ ਹੋ ਗਈ ਆ ਟੀਵੀ ਚੱਲਦਾ ਭਾਈ ਸਾਹਿਬ ਆਪ ਹੱਥ ਦੇ ਵਿੱਚ ਇੱਕ ਕੈਨਦੇ ਫੜ ਕੇ ਬੈਠੇ ਟੀਵੀ ਵੇਖ ਰਹੇ ਆ ਤੇ ਕੋਲ ਉਹ ਸੱਜ ਕੇ ਐਂ ਕਰਕੇ ਬੈਠੀ ਆ ਹੂੰ ਧੋ ਭਰਾਵਾ ਤੁਸੀਂ ਐੋ ਜੀਆਂ ਖਬਰਾਂ ਨਾ ਦੱਸੋ ਮੈਨੂੰ ਰਾਤ ਨੂੰ ਦੱਸਣੀ ਐ ਇਹ ਉਹ ਘਰ ਵਾਲੀ ਵਰਗੀ ਘਰ ਵਾਲੀ ਹੋਵੇ ਤਾਂ ਮੈਨੂੰ ਨਾਂ ਦਿਸੇ ਮੈਂ ਤਾਂ ਟੀਵੀ ਤੇ ਇਹੋ ਜੀ ਫਿਲਮ ਦੇ ਸੋਚੋ ਘਰ ਦੇ ਵਿੱਚ ਬੰਦਾ 100 ਗੱਲ ਬਾਤ ਹੁੰਦੀ ਆ ਹੈਨਾ ਕੀ ਪਤਾ ਕਹਿਣਾ ਹੋਵੇ ਐਂ ਕਰੀ ਤਮੰਨਾ ਮਾਰੇ ਜਾਂ ਡੰਗ ਮਾਰ ਕੇ ਆਈ ਉਹਦੇ ਨਾਲ ਬਣਦੀ ਨਹੀਂ ਆਪਣੀ ਮਤਲਬ ਘਰ ਵਾਲੀ ਜਿਹੜੀ ਹੈ ਉਹਨੇ ਕਦੀ ਕੱਪੜੇ ਧੋਣੇ ਰੋਟੀ ਬਣਾਉਣੀ ਹੈਨਾ ਹੋਰ ਘਰ ਦਾ ਖਿਆਲ ਰੱਖਣਾ ਇਹ ਸੱਪਣੀ ਕਿਵੇਂ ਕਰਦੀ ਹੋ ਸਭ ਕੁਝ ਹੂੰ ਇਹ ਤਾਂ ਥਾਪੀ ਦੇ ਤਾਂ ਪੁੱਛ ਨਹੀਂ ਕੱਪੜੇ ਘੁੱਟਦੀ ਕੀ ਕਹਿ ਸਕਦੇ ਆ ਕਹਿੰਦੀ ਹੁਣੀ ਇੱਧਰ ਨਾ ਆਇਓ ਮੈਂ ਕੁਝ ਲਾਉਣੀ ਆ ਹਾਈ ਪਰ ਮੈਂ ਤਾਂ ਸੱਚੀ ਇਹ ਮੁੰਡਾ ਤਾਂ ਖਤਰੋ ਦਾ ਖਿਲਾੜੀ ਨਿਕਲਿਆ ਹਾਂ ਹਨਾ ਵੀ ਮਤਲਬ ਖਤਰਿਆਵਰ ਦਾ ਖਤਰਾ ਮੈਂ ਲੋਕਾਂ ਨੂੰ ਵਿਆਹ ਕਰਾਉਂਦੇ ਵੇਖਿਆ ਸੀ ਖਤਰਿਆ ਨਾਲ ਘੇੜਦੇ ਵੇਖਿਆ ਮੈਂ ਤਾਂ ਭਾਈ ਤੈਨੂੰ ਹੱਥ ਜੋੜ ਕੇ ਭਾਈ ਤੇਰਾ ਜੋ ਵੀ ਨਾ ਹਾਂ ਤੂੰ ਜਿੱਥੇ ਵੀ ਰਹਿਣਾ ਜੇ ਤੂੰ థਾਈਲੈਂਡ ਦੇ ਵਿੱਚ ਇਸ ਵੇਲੇ ਵੀ ਹੈਗਾ ਇਸ ਧਰਤੀ ਤੇ ਹੀ ਹੈਗਾ ਤੇ ਭਾਈ ਬਚ ਕੇ ਰਹੀਏ ਤੂੰ ਹਾਂ ਨਾਗ ਨਗੜ ਐਂ ਆ ਜੀ ਇਹ ਤਾਂ ਮਤਲਬ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ ਤੂੰ ਤਾਂ ਉਹਨੂੰ ਆਪਣੀ ਪ੍ਰੇਮਿਕਾ ਸਮਝਦਾ ਜੇ ਤੈਨੂੰ ਉਹਨੇ ਨੇ ਪ੍ਰੇਮੀ ਸਮਝਿਆ ਨਾ 2 ਮਿੰਟ ਤੇ ਤੇਰਾ ਵਜਾ ਵੱਜ ਗਿਆ ਤੇ ਯਾ ਜੇ ਉਹਨੇ ਵਾਕਈ ਤੈਨੂੰ ਆਪਣਾ ਪ੍ਰੇਮੀ ਸਮਝ ਲਿਆ ਹਾਂ ਤੇ ਬਸ ਫਿਰ ਵਾਝੀ ਵੱਜਣਗੇ ਬਸ ਅਰਮਨ ਦੀਆਂ ਫਿਲਮਾਂ ਦੇ ਵਿੱਚ ਅਸੀਂ ਦੇਖਦੇ ਆ ਵੀ بڑا ਖਤਰੇ ਦੇ ਵਿੱਚ ਕੋਈ ਮਰੀਜ਼ ਪਿਆ ਹੁੰਦਾ ਜੀ ਤੇ ਬਹੁਤ ਖਤਰੇ ਦੇ ਵਿੱਚ ਬਹੁਤ ਸੰਕਟ ਦੇ ਵਿੱਚੋਂ ਲੰਘਦੇ ਹੋਏ ਲੋਕ ਆ ਜਿਹੜੇ ਉਹ ਉਹਦੀ ਜਾਨ ਨੂੰ ਉਹਦੀ ਜ਼ਿੰਦਗੀ ਨੂੰ ਬਚਾਉਂਦੇ ਆ ਹਮ ਬਿਲਕੁਲ ਅਸੀਂ ਦੇਖਦੇ ਆ ਵੀ ਹੈਲੀਕਾਪਟਰ ਦੇ ਰਾਹੀਂ ਉਹਨੂੰ ਇੱਕ ਤੋਂ ਦੂਜੀ ਥਾਂ ਤੱਕ ਲੈ ਜਾਂਦੇ ਆ ਇਹ ਖਤਰੇ ਦੇ ਘੂਗੂ ਬੋਲਦੇ ਹੁੰਦੇ ਆ ਅਚਾਨਕ ਕੋਈ ਜ਼ਿੰਦਗੀ ਨੂੰ ਬਚਾ ਲੈਂਦੇ ਆ ਸਾਹਾਂ ਦੀ ਤੰਦ ਨੂੰ ਟੁੱਟਣ ਤੋਂ ਪਹਿਲਾਂ ਜੋੜ ਦਿੰਦੇ ਆ ਵਾਹ ਵਾਕਈ ਪਰ ਇਹੋ ਜਿਹਾ ਇੱਕ ਵਾਕਿਆ ਜਿਹੜਾ ਉਹ ਅਮਰੀਕਾ ਦੇ ਵਿੱਚ ਵਾਪਰਿਆ ਹਮ ਸੈਂਡਿਆਗੋ ਤੋਂ ਖਬਰ ਆਈ ਆ ਕਹਿੰਦੇ ਵੀ ਪੂਰਬੀ ਲਾਸ ਐਂਜਲਸ ਦੇ ਵਿੱਚੋਂ ਇਹ ਖਬਰ ਆਈ ਆ ਕਹਿੰਦੇ ਵੀ ਇੱਕ ਪੂਰਬੀ ਲਾਸ ਐਂਜਲਸ ਦੇ ਵਿੱਚ ਟੈਣਾ ਸਾਬ ਜ਼ੁਬਾਨ ਨੂੰ ਗੰਡ ਪੈਂਦੀ ਪੈਂਦੀ ਬੱਚਿਆ ਸੱਚੀ ਕਹਿ ਰਹੀ ਆ ਮੇਰੀ ਨਾ 180 ਡਿਗਰੀ ਤੇ ਜੀਬ ਮੁੜੀ ਆ ਇਹ ਕਹਿੰਦੇ ਆ ਐਂਜ ਕਰਕੇ ਕਿੱਦਾਂ ਐਲੈ ਕਿਵੇਂ ਐ ਸੈਂਡਿਆਗੋ ਨਹੀਂ ਨਹੀਂ ਐਲੈ ਐਲੈ ਪੂਰਬੀ ਲਾਸ ਐਂਜਲਸ ਓ ਮਾਈ ਗੋਡ ਲੋ ਜੀ ਉਥੇ ਹਸਪਤਾਲ ਦੇ ਵਿੱਚ ਇੱਕ ਮਰੀਜ਼ ਪਿਆ ਜੀ ਉਹਦੇ ਬਦਲਣਾ ਦਿਲ ਅੱਛਾ ਜੀ ਪੂਰਾ ਦੇਲਾ ਜਿਹੜਾ ਉਹ ਕੋ ਕੋ ਖੋਲ ਖਾਲ ਕੇ ਰਖ ਲਿਆ ਡਾਕਟਰਾਂ ਨੇ ਲੋ ਜੀ ਇਧਰੋਂ ਸੈਨ ਡਿਏਗੋ ਤੋਂ ਇੱਕ ਜਹਾਜ਼ ਦੇ ਰਾਹੀਂ ਦਿਲ ਭੇਜਿਆ ਜਾ ਰਿਹਾ ਉਹ ਜਿਹਨੂੰ ਕਹਿੰਦੇ ਨੇ ਐਂਬੂਲੈਂਸ ਹੈਲੀਕਾਪਟਰ ਹੈਲੀਕਾਪਟਰ ਐਂਬੂਲੈਂਸ ਉਹਦੇ ਵਿੱਚ ਕਹਿੰਦੇ ਵੀ ਡਾਕਟਰ ਵੀ ਬੈਠੇ ਆ ਤੇ ਉਹ ਲੈ ਕੇ ਇਧਰਲੇ ਪਾਸਿਓਂ ਤੋਂ ਲਾਸ ਐਂਜਲਸ ਦੇ ਵਿੱਚ ਉਹਨਾਂ ਨੇ ਪਹੁੰਚਣਾ ਲੋ ਜੀ ਜਦੋਂ ਹਸਪਤਾਲ ਦੀ ਛੱਤ ਦੇ ਉੱਤੇ ਹੈਲੀਕਾਪਟਰ ਪਹੁੰਚਿਆ ਉਹ ਨਟੈਰੀ ਲਾਇਆ ਥੱਲੇ ਤੇ ਨਾਲ ਦੀ ਨਾਲ ਹੀ ਕਹਿੰਦੇ ਵੀ ਉਹ ਕ੍ਰੈਸ਼ ਹੋ ਗਿਆ ਓਹੋ ਉਹਦੇ ਕੋਈ ਖੰਭ ਖੰਭ ਜਿਹੇ ਢੜਗੇ ਸਾਰੇ ਜੀ ਉਹਦਾ ਬੁਰਾ ਹਾਲ ਤੇ ਮਲਬਾ ਹੀ ਮਲਬਾ ਹੋ ਗਿਆ ਹਮ ਲਓ ਜੀ ਉਸ ਤੋਂ ਬਾਅਦ ਕਹਿੰਦੇ ਹੈਲੀਕਾਪਟਰ ਨੂੰ ਕੱਟ ਕੇ ਤੇ ਵਿੱਚੋਂ ਉਹ ਦਿਲ ਵਾਲਾ ਬਕਸਾ ਕੱਢਿਆ ਅੱਛਾ ਜੀ ਦਿਲ ਸੁਰੱਖਿਅਤ ਓ ਉਸ ਤੋਂ ਬਾਅਦ ਹਸਪਤਾਲ ਦਾ ਇੱਕ ਜਿਹੜਾ ਡਾਕਟਰ ਆ ਜਾਂ ਜਿਹੜਾ ਵੀ ਉੱਥੇ ਕਰਮਚਾਰੀ ਆ ਉਹਨੇ ਉਹ ਬਕਸਾ ਚੱਕਿਆ ਵੀ ਛੇਤੀ ਛੇਤੀ ਮੈਂ ਆਪਰੇਸ਼ਨ ਥੀਏਟਰ ਦੇ ਵਿੱਚ ਲੈ ਜਾਏ ਇਹਨੂੰ ਹਮ ਲਓ ਜੀ ਉਹਦਾ ਪੈਰ ਅੜਕ ਗਿਆ ਵਿੱਚ ਤੇ ਉਹ ਡਿੱਗ ਪਿਆ ਬੜੇ ਮੂਧੇ ਪਾ ਹਾ ਲਓ ਜੀ ਉਹਦੇ ਹੱਥ ਦੇ ਵਿੱਚੋਂ ਬਕਸਾ ਛੁੱਟ ਗਿਆ ਅੱਛਾ ਜੀ ਤੇ ਬਕਸਾ ਗਿਆ ਉਧਰ ਐ ਹਵਾ ਨੂੰ ਚੀਰਦਾ ਲੋ ਜੀ ਉਹ ਉੱਠਿਆ ਹੂੰ ਉਹਨੇ ਅਧਿਆ ਕੂਣੀਆਂ ਕਾੜੀਆਂ ਝਾੜੀਆਂ ਗੋਡੇ-ਗਾਡੇ ਝਾੜੇ ਹੂੰ ਉਹਨੇ ਬਕਸਾ ਚੱਕਿਆ ਦਿਲ ਹਾਲੇ ਵੀ ਸੁਰੱਖਿਅਤ ਲੋ ਜੀ ਫੇਰ ਉਹ ਭੱਜ ਕੇ ਲਿਫਟ ਰਾਹੀਂ ਜਾਂ ਪੌੜੀਆਂ ਰਾਹੀਂ ਥੱਲੇ ਗਿਆ ਜੀ ਆਪਰੇਸ਼ਨ ਥੀਏਟਰ ਦੇ ਵਿੱਚ ਪਹੁੰਚਿਆ ਤੇ ਉਹਦਾ ਦਿਲ ਟ੍ਰਾਂਸਪਲੈਂਟ ਕੀਤਾ ਦਿਲ ਬਦਲਿਆ ਬੰਦੇ ਦਾ ਤੇ ਬੰਦਾ ਤੰਦਰੁਸਤਾ ਤੇ ਦਿਲ ਉਹਦਾ ਸੁਰੱਖਿਅਤ ਤੇ ਸਾਰਾ ਕੁਝ ਸਹੀ ਆ ਲੱਗਦਾ ਨਾ ਫਿਲਮੀ ਕਹਾਣੀ ਵਰਗਾ ਬਿਲਕੁਲ ਐ ਲੱਗਦਾ ਜਿਵੇਂ ਕੋਈ ਫਿਲਮ ਦੀ ਕਹਾਣੀ ਸੁਣ ਰਹੀ ਹੋੂੰ ਹੂੰ ਕਮਾਲ ਹੋ ਗਈ ਸੱਚੀ ਡਾਕਟਰ ਅੱਗੇ ਤੋਂ ਅੱਗੇ ਪਏ ਆ ਹਾਂ ਇਹ ਸਾਡੇ ਇਥੋਂ ਵਾਲੇ ਡਾਕਟਰ ਥੋੜੀ ਆ ਵੀ ਜਿਹੜੇ 15 ਮਿੰਟ ਬਾਅਦ ਕਹਿਣਗੇ 35000 ਹੋਰ ਜਮ੍ਹਾਂ ਕਰਾ ਦੇ ਜਿਵੇਂ ਮੈਨੂੰ ਕਹਿੰਦੇ ਰਹੇ ਆ 55 ਫੇਰ ਬਣ ਗਿਆ 110000 ਹੋ ਗਿਆ ਹੁਣ ਜੇ ਪੈਂਟ ਨਾ ਕਰਵਾਇਆ ਤਾਂ ਫਿਰ ਦਵਾਈ ਨਹੀਂ ਆਉਣੀ ਇਹ ਉਥੋਂ ਦੀ ਗੱਲ ਆ ਇਹ ਅਮਰੀਕਾ ਦੀ ਗੱਲ ਆ ਮਤਲਬ ਅਸਲ ਦੇ ਵਿੱਚ ਵੈਸੇ ਸਰ ਇਨਸਾਨੀ ਜ਼ਿੰਦਗੀ ਦੀ ਕੀਮਤ ਜਿਹੜੀ ਆ ਉਹ ਇਹਨਾਂ ਬਾਹਰਲੇ ਮੁਲਕਾਂ ਦੇ ਵਿੱਚ ਹੀ ਪੈਂਦੀ ਆ ਨਾ ਬੰਦੇ ਨੂੰ ਬੰਦਾ ਜਾਣਿਆ ਜਾਂਦਾ ਆਪਣੇ ਮੁਲਕ ਦੇ ਵਿੱਚ ਤਾਂ ਇਹੋ ਇਹੋ ਜਿਹੇ ਹਾਲਾਤ ਨੇ ਵੀ ਬੰਦੇ ਨੂੰ ਕਹਿਣ ਲੱਗਿਆ ਵੀ ਸ਼ਰਮ ਆਉਂਦੀ ਆ ਵੀ ਆਪਣੇ ਘਰ ਨੂੰ ਕਿੰਨਾ ਕੁ ਨਿੰਦ ਲਓਗੇ ਕਿੰਨਾ ਕੁ ਮਾੜਾ ਕਹਿ ਲਓਗੇ ਹਨਾ ਮੁਲਕ ਨਹੀਂ ਮਾੜਾ ਸੀ ਹਮੇਸ਼ਾ ਕਹਿੰਦੇ ਆ ਪਰ ਜੋ ਇੱਥੋਂ ਦੇ ਹਾਲਾਤ ਨੇ ਜੋ ਸਿਸਟਮ ਆ ਜੋ ਲੋਕ ਨੇ ਇੱਥੋਂ ਦੇ ਨਾ ਉਹਨਾ ਨੇ ਤਾਂ ਸੱਚੀ ਪਤਾ ਨਹੀਂ ਕੀ ਦਾ ਕੀ ਬਣਾ ਦਿੱਤਾ ਨਹੀਂ ਤਾਂ ਸਾਡੇ ਮੁਲਕ ਵਰਗਾ ਕੋਈ ਮੁਲਕ ਹੈ ਨਹੀਂ ਸੀ ਮਤਲਬ ਸਾਡੀਆਂ ਭਾਵਨਾਵਾਂ ਖਤਮ ਹੋ ਚੁੱਕੀਆਂ ਨੇ ਸਾਨੂੰ ਪਤਾ ਹੀ ਨਹੀਂ ਅਸੀਂ ਕਰੀ ਕੀ ਜਾਂਦੇ ਆ ਜਿਹਦਾ ਜਿੱਧਰ ਨੂੰ ਦਾ ਲੱਗਦਾ ਉਧਰ ਨੂੰ ਲਾ ਲੈਂਦਾ ਤੇ ਜਿਹਨੂੰ ਜਿੱਧਰੋਂ ਫਾਇਦਾ ਜਾਂ ਨਜ਼ਰ ਆਉਂਦਾ ਉਧਰ ਨੂੰ ਹੋ ਜਾਂਦਾ ਹੈ ਨਾ ਪਰ ਸਾਨੂੰ ਸੋਚਣਾ ਪਊਗਾ ਵੀ ਅਸੀਂ ਇਨਸਾਨ ਜੇ ਆਪਣੇ ਆਪ ਨੂੰ ਕਹਿੰਨੇ ਆ ਤਾਂ ਇਨਸਾਨਾਂ ਵਰਗੇ ਬਣ ਕੇ ਵੀ ਦਿਖਾਈਏ ਨਾ ਕਿਸੇ ਦੀ ਵੀ ਜ਼ਿੰਦਗੀ ਦੀ ਕੀਮਤ ਤੋਂ ਵੱਧ ਕੇ ਕੁਝ ਨਹੀਂ ਹੋ ਸਕਦਾ ਦੇਖੋ ਗੱਲ ਤਾਂ ਸਭ ਤੋਂ ਵਧੀਆ ਤੇ ਵੱਡੀ ਇਹ ਆ ਵੀ ਲੋਕ ਟੈਕਸ ਦਿੰਦੇ ਆ ਤੇ ਲੋਕਾਂ ਨੂੰ ਸਹੂਲਤਾਂ ਮਿਲਦੀਆਂ ਬਾਹਰਲੇ ਮੁਲਕਾਂ 'ਚ ਜੀ ਇੱਥੇ ਟੈਕਸ ਦਿਓ ਤਾਂ ਵੀ ਚਪੇੜਾ ਨਾ ਦਿਓ ਟੈਕਸ ਤਾਂ ਵੀ ਚਪੇੜਾ ਮੈਂ ਤਾਂ ਕਦੇ-ਕਦੇ ਸੋਚਦਾ ਹੁੰਦਾ ਵੀ ਸਵੇਰੇ ਜਦੋਂ ਉੱਠ ਖੜਦੇ ਆ ਟੈਕਸੀ ਦੇਈ ਜੰਨੇ ਆ ਸਵੇਰੇ ਉੱਠੇ ਬਰਸ਼ ਕਰਨਾ ਪੇਸਟ ਦੇ ਉੱਤੇ ਵੀ ਟੈਕਸ ਦਿੱਤਾ ਬੁਰਸ਼ ਤੇ ਵੀ ਦਿੱਤਾ ਉਸ ਤੋਂ ਬਾਅਦ ਤੁਸੀਂ ਚਾਹ ਪੀਣੀ ਆ ਚਾਹ ਪੱਤੀ ਤੇ ਵੀ ਦਿੱਤਾ ਖੰਡ ਤੇ ਵੀ ਦਿੱਤਾ ਰੋਟੀ ਖਾਣੀ ਆ ਦਾਲਾਂ ਤੇ ਵੀ ਦਿੱਤਾ ਆਟੇ ਤੇ ਵੀ ਦਿੱਤਾ ਸਿਲੰਡਰ ਤੇ ਵੀ ਦਿੱਤਾ ਉਸ ਤੋਂ ਬਾਅਦ ਤੁਸੀਂ ਮੋਟਰਸਾਈਕਲ ਤੇ ਕਾਰ ਤੇ ਦਫ਼ਤਰ ਨੂੰ ਜਾਣਾ ਜਿਹੜਾ ਪੈਟਰੋਲ ਡੀਜ਼ਲ ਪੋਇਆ ਉਹਦੇ ਤੇ ਵੀ ਟੈਕਸ ਦਿੱਤਾ ਸੜਕ ਤੇ ਚੜੇ ਹੋ ਸੜਕ ਦਾ ਵੀ ਟੈਕਸ ਦਿੱਤਾ ਹਰ ਚੀਜ਼ ਦਾ ਟੈਕਸ ਦਿੱਤਾ ਜਿਹੜੇ ਲੀੜੇ ਪਾਉਨੇ ਉਹਦਾ ਟੈਕਸ ਦਿੱਤਾ ਜਿਹੜੀ ਜੁੱਤੀ ਪਾਈ ਉਹਦਾ ਟੈਕਸ ਦਿੱਤਾ ਰਾਤ ਨੂੰ ਸੌਣ ਵੇਲੇ ਤੱਕ ਹਰ ਚੀਜ਼ ਦਾ ਟੈਕਸ ਅਦਾ ਕਰਦੇ ਹਾਂ ਤੇ ਅਖੀਰ ਤੇ ਪੈਂਦੇ ਛਤਰੀ ਆ ਬਿਲਕੁਲ ਸਹੀ ਗੱਲ ਕਿ ਬਹੁਤੇ ਲੋਕ ਜਿਹੜੇ ਆ ਟੈਕਸ ਦੇਣ ਤੋਂ ਭੱਜਦੇ ਆ ਉਹ ਕਹਿੰਦੇ ਖਾਣੇ ਤਾਂ ਛਿੱਤਰ ਹੀ ਭਾਵੇਂ ਦੇ ਕੇ ਖਾ ਲੋ ਤੇ ਭਾਵੇਂ ਨਾ ਦੇ ਕੇ ਖਾਓ ਇਹ ਨਾਲ ਚੰਗਾ ਵੀ ਦੋ ਹੀ ਨਾ ਬਿਲਕੁਲ ਸਹੀ ਜੱਜ ਦਾ ਵਿਚਾਰ ਤੇ ਹੁਣ ਅਗਲੀਆ ਖਬਰਾਂ ਵਾਲ ਵਧੀਆ ਟਾਣਾ ਸਾਹਿਬ ਹਾਂਜੀ ਆ ਕੀ ਸੀ ਖੁਰਕ ਲੜਦੀ ਸੀ ਨਹੀਂ ਤੇ ਵਕਫੇ ਚ ਕਰ ਲੈਣੀ ਸੀ ਕਿਉਂ ਘਰ ਦੀ ਗੱਲ ਆ ਪਰਿਵਾਰ ਚ ਬੈਠੇ ਆ ਅੱਛਾ ਕੱਲ ਤਾਂ ਚੌਂਕੜੀ ਮਾਰ ਕੇ ਬੈਠਾ ਗਾ ਰਿਹਾ ਨਹੀਂ ਤੇ ਖੁਰਕ ਲੜਦੀ ਆ ਤਾਂ ਮੈਂ ਹੁਣ ਲੁਕੋ ਕੇ ਤਰਾ ਵੀ 1 ਮਿੰਟ ਆ ਥੋੜਾ ਜਿਹਾ ਕੈਮਰੇ ਬੰਦ ਕਰ ਲਓ ਖੁਰਕ ਲਾ ਐ ਕਮਾ ਐਡੀ ਗੱਲ ਸੀ ਨਹੀਂ ਜਿੱਦੀ ਬਣਾ ਲਈ ਐ ਟੈਣਾ ਸਾਹਿਬ ਕੀ ਹੋ ਗਿਆ ਤੁਹਾਨੂੰ ਕੁਛ ਨਹੀਂ ਮੈਨੂੰ ਲੱਗਦਾ ਵੀ ਕੁਝ ਜ਼ਰੂਰੀ ਨਹੀਂ ਮੈਂ ਤੁਹਾਨੂੰ ਉਹ ਖਬਰ ਸੁਣਾਈ ਮੈਂ ਤਾਂ ਹਿੱਲੇ ਪਿਆ ਮੈਂ ਨਾਗਣ ਤੂੰ ਸਪੇਰਾ ਮੈਨੂੰ ਤਾਂ ਇੰਚ ਇੱਤੇ ਆਈ ਜਾਂਦਾ ਸ਼੍ਰੀ ਦੇਵੀ ਦਿਸਦੀ ਮੈਨੂੰ ਕੀ ਆਵਾਜ਼ ਹੈ ਪਰ ਮੈਨੂੰ ਇੰਦਰੋਂ ਕੰਬੀ ਹੋਈਆਂ ਉਹ ਤਸਵੀਰਾਂ ਵੇਖ ਕੇ ਮੈਨੂੰ ਇੱਥੇ ਇੱਕ ਵੈੜੀ ਨਜ਼ਰ ਆਉਂਦੀ ਹੈ ਸਿਰ ਪਰ ਘੇਰਾ ਪਗਲੀਆਂ ਖਬਰਾਂ ਵੱਲ ਵਾਧਿਆ ਟਾਣਾ ਸਭ ਪੰਜਾਬ ਦੇ ਵਿੱਚ ਬੱਤੀ ਦੇ ਹਾਲਾਤ ਮਾੜੇ ਹੋ ਗਏ ਦੇਖੋ ਬੱਤੀ ਹੋਵੇ 33 ਹੋਵੇ 36 ਹੋਵੇ ਓਏ ਨਹੀਂ ਅੱਛਾ ਲਾਈਟ ਦੀ ਗੱਲ ਕਹੋ ਨਾ ਕੋ ਬਿਜਲੀ ਦੇ ਹਾਲਾਤ ਮਾੜੇ ਹੋ ਗਏ ਹਾਂ ਬੱਤੀ ਤੁਹਾਡੀ ਤਾਂ ਉਹ ਗੱਲ ਆ ਵੀ ਸਾਡੇ ਨਾ ਉਧਰ ਪਿੰਡਾਂ ਵੱਲ ਜਦੋਂ ਅੱਜ ਤੋਂ 25 30 ਸਾਲ ਪਹਿਲਾਂ ਦੀ ਗੱਲ ਕਰ ਲਈਏ ਬਲਬ ਨੂੰ ਕਈ ਲੋਕ ਅੰਡਾ ਕਹਿੰਦੇ ਹੁੰਦੇ ਸੀ ਕੀ ਅੰਡਾ ਝਗਾ ਦੇ ਤੇ ਹੁਣ ਤੁਹਾਡੇ ਵਰਗੇ ਸੋਚ ਜਾਓ ਮੈਂ ਕੁਕੜੀ ਦੇ ਆਡੇ ਨੂੰ ਕੀ ਲਾ ਦਿਆਂ ਨਾਲ ਪਲੱਗ ਜੋੜ ਦਿਆਂ ਆ ਲਈ ਆਂਡਾ ਜਗਾ ਦੇ ਉਹ ਮੇਰੇ ਵੀਰ ਜਿਹੜੇ ਬਿਲਕੁਲ ਸੱਚੀ ਕਹਨੇ ਆਂ ਆਂਡਾ ਛੱਡ ਦੇ ਉਹ ਜਾਓ ਟਹਿਣਾ ਸਾਹਿਬ ਆਂਡਾ ਜਗਾ ਦੇ ਕਿਤੇ ਮੇਰੇ ਸਾਹਮਣੇ ਕੋਈ ਕਵੇ ਆਂਡਾ ਛੱਡ ਦੇ ਤੇ ਮੈਂ ਝੜਦਾ ਆਂ ਆਂਡਾ ਜਗਾ ਦੇ ਅੱਛਾ ਇਹ ਠੀਕ ਆ ਨਹੀਂ ਮੈਂ ਬੱਤੀ ਹਸਾ ਦੇ ਤਾਂ ਸੁਣਿਆ ਹਾਂ ਤੁਸੀਂ ਸੁਣਿਆ ਬੱਤੀ ਸੀ ਨਹੀਂ ਹਾਂ ਬੱਤੀ ਹਸਾ ਦੇ ਜਿਹੜੇ ਆਪਣੇ ਬਜ਼ੁਰਗ ਨੇ ਨਾ ਜਿਹੜੇ ਮੈਨੂੰ ਲੱਗਦਾ ਹੈ ਕਿ ਜਿਹੜੇ ਚਾਰਖੰਡ ਚੋਂ ਆਏ ਆ ਨਹੀਂ ਹਾਂ ਜਿਹੜੇ ਬਜ਼ੁਰਗ ਨੇ ਨਾ ਆਪਣੇ ਬਹੁਤ ਬਜ਼ੁਰਗ ਇਹ ਲਫ਼ਜ਼ ਵਰਤਦੇ ਹੁੰਦੇ ਸੀ ਟਾਣਾ ਸਾਹਿਬ ਵੀ ਬੱਤੀ ਹਸਾ ਦੇ 32 ਹਸਾ ਦੇ ਹਾਂ ਹੁਣ ਇਹ ਥੋੜੀ ਬਲ ਪੂਰੇ ਜਾ ਕੇ ਇਹ ਕਰਨਾ 32 ਹਸਾ ਦੇ ਮਤਲਬ ਜਗਾ ਦੇ ਹਾਂ ਜੀ ਕੀ ਕਰਦੇ ਹੋ ਮੈਂ ਬੱਤੀ ਦੀ ਗੱਲ ਕਰ ਰਹੀ ਸੀ ਵੀ ਬਹੁਤ ਲੰਮੇ ਲੰਮੇ ਕੱਟ ਲੱਗਣ ਲੱਗੇ ਮਾਲ ਗੱਡੀਆਂ ਆਉਂਦੀਆਂ ਨਹੀਂ ਤੇ ਕੋਲਾ ਨਹੀਂ ਆਉਂਦਾ ਕੋਲਾ ਨਹੀਂ ਆਉਂਦਾ ਤਾਂ ਥਰਮਲ ਪਲੈਂਟ ਬੰਦ ਆ ਥਰਮਲ ਪਲੈਂਟ ਬੰਦ ਆ ਤਾਂ ਬਿਜਲੀ ਨਹੀਂ ਬਣਦੀ ਬਿਜਲੀ ਨਹੀਂ ਬਣਦੀ ਤਾਂ ਕਟ ਲੱਗਣੇ ਆ ਤੇ ਬੱਤੀ ਕਿੱਥੋਂ ਆਣੀ ਆ ਨਹੀਂ ਪਰ ਮੈਨੂੰ ਇੱਕ ਚੀਜ਼ ਸਮਝ ਨਹੀਂ ਆਈ ਟਾਣਾ ਸਾਹਿਬ ਗੱਲ ਇਹ ਆ ਵੀ ਲਾਕਡਾਊਨ ਦੇ ਵਿੱਚ ਵੀ ਸਾਰਾ ਕੁਝ ਚੱਲਦਾ ਰਿਹਾ ਹੈ ਨਾ ਉਸ ਤੋਂ ਇਲਾਵਾ ਸਭ ਤੋਂ ਵੱਡੀ ਚੀਜ਼ ਇਹ ਆ ਕਿ ਪਿਛਲੇ ਕਈ ਹਫ਼ਤਿਆਂ ਤੋਂ ਇਹ ਗੱਲ ਸੁਣ ਰਹੇ ਆਂ ਇੱਕ ਹਫ਼ਤੇ ਦਾ ਕੋਲਾ ਰਹਿ ਗਿਆ ਇੱਕ ਹਫ਼ਤੇ ਦਾ ਕੋਲਾ ਰਹਿ ਗਿਆ ਇੱਕ ਦਿਨ ਦਾ ਕੋਲਾ ਰਹਿ ਗਿਆ ਦੋ ਦਿਨ ਦਾ ਕੋਲਾ ਰਹਿ ਗਿਆ ਹਰ ਵਾਰ ਇਹ ਹੀ ਬਿਆਨ ਆਉਂਦਾ ਪਰ ਬੱਤੀ ਤਾਂ ਮਤਲਬ ਉਸ ਸਾਹਬ ਨਾਲ ਤਾਂ ਆ ਹੀ ਰਹੀ ਹੈ ਨਹੀਂ ਮੈਂ ਤੁਹਾਨੂੰ ਦੱਸਦਾ ਗੱਲ ਅਸਲ ਦੇ ਵਿੱਚ ਕਿ ਕਿਸਾਨਾਂ ਦੇ ਪ੍ਰਤੀ ਵਫਾਦਾਰ ਕੋਈ ਨਹੀਂਗਾ ਜੀ ਕਿਸਾਨਾਂ ਨੂੰ ਮਤਰਿਆ ਪਹਿਲਾਂ ਵੀ ਸਮਝਦੇ ਸੀ ਅੱਜ ਵੀ ਸਮਝਦੇ ਤੇ ਪਤਾ ਨਹੀਂ ਕਰੋ ਤਾਂ ਸਮਝਣਗੇ ਹੁਣ ਮੋਦੀ ਸਾਹਿਬ ਤਾਂ ਮੰਨਦੇ ਹੀ ਨਹੀਂ ਪਰਾਂ ਤੇ ਪਾਣੀ ਨਹੀਂ ਪਾਣ ਦਿੰਦੇ ਉਹ ਤਾਂ ਬਿਹਾਰ ਦੀਆਂ ਚੋਣਾਂ ਦੇ ਵਿੱਚ ਵੀ ਇੱਕੋ ਗੱਲ ਕਰੀ ਗਏ ਕਹਿੰਦੇ ਜੀ ਹਮਨੇ ਤਾਂ ਇਹ ਜੋ ਖੇਤੀ ਕੇ ਕਾਨੂੰਨ ਲੈ ਕੇ ਆਏ ਹੈ ਇਹ ਤਾਂ ਕਿਸਾਨੋ ਕੇ ਬਹੁਤ ਭਲੇ ਕੇ ਲਈ ਹੈ ਇਹ ਤਾਂ ਆਰਤੀਆਂ ਦਾ ਸਫਾਇਆ ਕਰ ਦੇਣਗੇ ਇਹ ਤਾਂ ਵਿਚੋਲوں ਕੋ ਵਿਚਕਾਰ ਵਿਚਕਾਰ ਸੇ ਕਾਲ ਦੇਣਗੇ ਉਹ ਤਾਂ ਇਦਾਂ ਦੀਆਂ ਗੱਲਾਂ ਕਰੀ ਜਾਂਦੇ ਮੰਨਦੇ ਹੀ ਨਹੀਂ ਉਹ ਤਾਂ ਕਹਿੰਦੇ ਵੀ ਜੋ ਅਸੀਂ ਕਹਤਾ ਹੈ ਪੱਥਰ ਤੇ ਲਕੀਰ ਪਰ ਮੈਂ ਇਸ ਗੱਲ ਦੇ ਉੱਤੇ ਹੈਰਾਨ ਆ ਵੀ ਇੱਕ ਪਾਸੇ ਮੋਦੀ ਸਾਹਿਬ ਇਸ ਰੱਟਰ ਨੂੰ ਲਈ ਬੈਠੇ ਆ ਦੂਜੇ ਪਾਸੇ 13 ਤਰੀਕ ਨੂੰ ਰਾਜਨਾਥ ਸਿੰਘ ਦੇ ਘਰ ਦੇ ਵਿੱਚ ਕਿਸਾਨਾਂ ਨੂੰ ਸੱਦਿਆ ਮੀਟਿੰਗ ਕਰਨ ਦੇ ਲਈ ਜੀ ਕਹਿੰਦੇ ਉੱਥੇ ਪੀਯੂ ਸ਼ੰਗੋਇਲ ਤੇ ਨਿਰਿੰਦਰ ਸਿੰਘ ਤੋਮਰ ਜਿਹੜੇ ਖੇਤੀਬਾੜੀ ਮੰਤਰੀ ਇਹ ਵੀ ਹੋਣਗੇ ਜੀ ਹੁਣ ਕਿਸਾਨਾਂ ਨੂੰ ਇੱਕ ਵਾਰ ਪਹਿਲਾਂ ਵੀ ਦਿੱਲੀ ਸੱਦ ਕੇ ਤੇ ਬਰੰਗ ਚਿੱਠੀ ਵਾਂਗੂ ਮੋੜਿਆ ਕਿਸਾਨਾਂ ਨੇ ਇਹ ਗੱਲ ਕਹੀ ਹੈ ਵੀ ਲਿਖਤੀ ਰੂਪ ਨੇ ਵਿੱਚ ਭੇਜੋ ਸੱਦਾ ਪੱਤਰ ਫੇਰ ਆਵਾਂਗੇ ਹੁਣ ਦੇਖੋ ਜੇਕਰ ਉੱਥੇ ਮੀਟਿੰਗ ਹੁੰਦੀ ਆ ਤਾਂ ਨਤੀਜਾ ਕਿਹੋ ਜਿਹਾ ਨਿਕਲਦਾ ਬਿਲਕੁਲ ਸਹੀ ਔਰ ਸਭ ਤੋਂ ਵੱਡੀ ਬਰੀ ਤਰ੍ਹਾਂ ਨਾਲ ਅਢੇ ਨੇ ਉਹ ਰਚੀ ਚੰਗੀ ਲੱਗੀ ਮੈਨੂੰ ਕਿਉਂਕਿ ਕੋਈ ਵੀ ਸੰਘਰਸ਼ ਜਿਹੜਾ ਉਹ ਇੰਨਾ ਲੰਮਾ ਚੱਲਿਆ ਨਹੀਂ ਕਦੇ ਵੀ ਔਰ ਹਮੇਸ਼ਾ ਇਹ ਲੱਗ ਰਿਹਾ ਸੀ ਕਿ ਜੇਕਰ ਇਹ ਸੰਘਰਸ਼ ਵੀ ਲੰਮਾ ਚੱਲਿਆ ਇਹ ਕ ਜਾਊਗਾ ਜਿਹੜੇ ਕਿਸਾਨ ਨੇ ਉਹ ਆਪਣੀਆਂ ਗੱਲਾਂ ਤੋਂ ਸ਼ਾਇਦ ਪਿੱਛੇ ਹੋ ਜਾਣਗੇ ਪਰ ਉਹ ਨਹੀਂ ਹੋਏ ਇਹ ਚੰਗੀ ਚੀਜ਼ਾ ਕਿਉਂਕਿ ਭਵਿੱਖ ਨੂੰ ਬਚਾਉਣ ਦੇ ਲਈ ਆਪਾਂ ਨੂੰ ਇਹ ਸਾਰਾ ਕੁਝ ਕਰਨਾ ਹੀ ਪੈਣਾ ਸੀ ਹੈਨਾ ਤੇ ਦੂਸਰੇ ਬੰਨੇ ਜਿਹੋ ਜੀ ਜ਼ਿੱਦ ਦੇ ਉੱਪਰ ਸਰਕਾਰ ਅੜੀ ਹੋਈ ਹੈ ਇਹ ਤਾਂ ਮੈਨੂੰ ਐ ਲੱਗਦਾ ਜਿਵੇਂ ਨਿਆਣਾ ਨਹੀਂ ਅੜ ਜਾਂਦਾ ਵੀ ਨਹੀਂ ਮਤਲਬ ਨਹੀਂ ਮੈਂ ਆਹੀ ਕਰੂੰ ਆਹੀ ਕਰੂੰ ਉਦਾਂ ਮੋਦੀ ਹੋਰੀ ਜ਼ਿਤ ਕਰ ਰਹੇ ਨੇ ਉਹਨਾਂ ਨੂੰ ਸਮਝਾਉਣਾ ਚਾਹੀਦਾ ਉਹ ਤਾਂ ਅਸਲ ਵਿੱਚ ਆਪਣਾ ਦਮ ਦਿਖਾਉਂਦੇ ਹਿਟਲਰ ਸ਼ਾਹੀ ਤਾਕਤ ਦਿਖਾਉਂਦੇ ਆ ਜੀ ਉਹਨਾਂ ਨੇ ਅੱਜ ਤੱਕ ਮੰਨੀ ਕੀਦੀ ਆ ਉਹਨਾਂ ਨੇ ਕਿਹਾ ਵੀ ਧਾਰਾ 370 ਹਟਾਤੀ ਉਹਨਾਂ ਨੇ ਕਿਹਾ ਨੋਟਬੰਦੀ ਲਾਗੂ ਕਰਤੀ ਆ ਚਾਰ ਵਾਰੇ ਹੋ ਗਏ ਆ 8 ਤਰੀਕ ਨੂੰ ਪਿਛਲੀ 8 ਤਰੀਕ ਨੂੰ ਚਾਰ ਵਾਰੇ ਪੂਰੇ ਹੋ ਗਏ ਨੋਟਬੰਦੀ ਨੂੰ ਇਹ ਤਾਂ ਹਾਲੇ ਵੀ ਵਧਾਈਆਂ ਦੇਈ ਜਾਂਦੇ ਆ ਤੇ ਮੈਨੂੰ ਇੰ样 ਲੱਗਦਾ ਵੀ ਨੋਟਬੰਦੀ ਦੇ ਕਰਕੇ ਕਤਾਰਾਂ ਦੇ ਵਿੱਚ ਮਰੇ ਹੋਏ ਲੋਕਾਂ ਦੀ ਕਬਰ ਦੇ ਉੱਤੇ ਬੈਠ ਕੇ ਕੇਕ ਕੱਟ ਰਹੇ ਆ ਇਹ ਬਿਲਕੁਲ ਸਹੀ ਤੇ ਚਾਹੀਦਾ ਇਹ ਆ ਕਿ ਲੋਕ ਪੱਖੀ ਗੱਲ ਕੀਤੀ ਜਾਵੇ ਪਰ ਇਹ ਨਹੀਂ ਕਰਦੇ ਇਸ ਗੱਲ ਦਾ ਦੁੱਖ ਆ ਕਿ ਇਸ ਦੇ ਬਾਵਜੂਦ ਬਿਹਾਰ ਦੇ ਵਿੱਚ ਕਦੇ ਕਿਵੇਂ ਤੇ ਕਦੇ ਕਿਵੇਂ ਵੋਟਾਂ ਹਾਸਲ ਹੋ ਜਾਂਦੀਆਂ ਤੇ ਪਤਾ ਨਹੀਂ ਕੀ ਬਣਦਾ ਇਹ ਚੀਜ਼ਾਂ ਹੁੰਦੀਆਂ ਨੇ ਅੰਦਰ ਖਾਤੇ ਜਿਵੇਂ ਆਮ ਬੰਦੇ ਦੀ ਸ਼ਾਇਦ ਸਮਝ ਚ ਨਹੀਂ ਆ ਤਾਂ ਹੀ ਕਹਿੰਦੇ ਸਿਆਸਤ ਟੈਡੀ ਖੀਰ ਹੈ ਤੇ ਇਹ ਟੈਡੀ ਖੀਰ ਕਿਵੇਂ ਹੈ ਇਹ ਨਜ਼ਰ ਆ ਗਿਆ ਬਿਹਾਰ ਦੀਆਂ ਚੋਣਾਂ ਦੇ ਨਤੀਜੇ ਦੇ ਵਿੱਚ ਬਿਲਕੁਲ ਸਹੀ ਜੱਜ ਦਾ ਵਿਚਾਰ ਹਰਮਨਜੀ ਬਿਹਾਰ ਦੇ ਵਿੱਚ ਬਾਜ਼ੀ ਕਿਵੇਂ ਪਲਟ ਗਈ ਇਸ ਗੱਲ ਦੀ ਸਮਝ ਵੱਡੇ ਵੱਡੇ ਨੂੰ ਲੱਗ ਰਹੀ ਜੀ ਕੋਈ ਕਹਿੰਦਾ ਵੀ ਭਾਈ ਉੱਥੇ EVM ਨੇ ਚਮਤਕਾਰ ਦਿਖਾਤਾ। ਹੂੰ ਕੋਈ ਕਹਿੰਦਾ ਵੀ ਹਿੰਦੂਵਾਦ ਦਾ ਪੱਤਾ ਉੱਥੇ ਬਹੁਤ ਵੱਡੇ ਪੱਦਰ ਤੇ ਚੱਲ ਗਿਆ। ਜੀ ਕੋਈ ਕਹਿੰਦਾ ਵੀ ਜਿਵੇਂ ਅਸੀਂ ਪੰਜਾਬ ਦੇ ਵਿੱਚ ਬੈਠੇ ਸੋਚਦੇ ਆ ਬਾਕੀ ਸੂਬੇ ਵੀ ਇਵੇਂ ਸੋਚਣ ਇਹ ਜ਼ਰੂਰੀ ਨਹੀਂ। ਅਸੀਂ ਤਾਂ ਇੱਥੇ ਇਹ ਗੱਲ ਸੋਚਦੇ ਆ ਵੀ ਮੋਦੀ ਸਾਹਿਬ ਨੇ ਹੁਣ ਆਪਣੇ ਵਾਅ ਵਧਾਉਣੇ ਸ਼ੁਰੂ ਕਰਤੇ ਆ ਵੀ ਪਤਾ ਨਹੀਂ ਇਹਦੇ ਪਿੱਛੇ ਕੀ ਕਾਰਨ ਆ ਪਰ ਕਹਿੰਦੇ ਆ ਵੀ ਜਿਹੜੀਆਂ ਜੁਗਤਾਂ ਉਹ ਲੜਾ ਸਕਦੇ ਆ ਨਾ ਉਹਦੇ ਕਰਕੇ ਬਹੁਤ ਕੁਝ ਬਦਲ ਜਾਂਦਾ। ਬਿਹਾਰ ਦੇ ਵਿੱਚ ਜਿਸ ਤਰੀਕੇ ਨਾਲ ਭਾਜਪਾ ਨੂੰ ਅਗੇਤ ਹਾਸਲ ਹੋਈ ਆ ਤੇ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਸਰਕਾਰ ਬਣ ਗਈ ਹੈ ਹੈ ਤਾਂ ਚਮਤਕਾਰ ਵਾਲੀ ਗੱਲ ਹੈ ਬਿਲਕੁਲ ਚਮਤਕਾਰ ਹੈ ਕਿਉਂਕਿ ਮੈਨੂੰ ਤਾਂ ਇਹ ਸਮਝ ਨਹੀਂ ਆਇਆ ਕਿ ਜਦੋਂ ਤੱਕ ਤਾਂ ਪਹਿਲਾਂ ਵੋਟਾਂ ਦੀ ਗਿਣਤੀ ਜਿਹੜੀ ਆ ਉਹ ਚੱਲ ਰਹੀ ਸੀ ਉਦੋਂ ਤੱਕ ਤਾਂ ਜਿਹੜੀ ਦੂਸਰੀ ਪਾਰਟੀ ਹੈ ਜਾਂ ਕਹਿ ਲਓ ਮਹਾਗਠ ਜੋੜ ਹੈ ਉਹ ਅੱਗੇ ਚੱਲ ਰਿਹਾ ਸੀ ਹੈ ਨਾ ਜੀ ਔਰ ਉਸ ਤੋਂ ਬਾਅਦ ਇੱਕਦਮ ਜਦੋਂ EVM ਖੁੱਲਣੇ ਸ਼ੁਰੂ ਹੋਏ ਤੇ ਫਿਰ ਬਾਜ਼ੀ ਕਿਵੇਂ ਪਲਟੀ ਹੈ ਕਿਵੇਂ ਸਾਰੀਆਂ ਚੀਜ਼ਾਂ ਸਾਰੀ ਤਸਵੀਰ ਇੱਕਦਮ ਬਦਲ ਗਈ ਹੈ ਇਹ ਸਮਝ ਤੋਂ ਬਾਹਰ ਦੀ ਗੱਲ ਆ ਵੀ ਐ ਕਿਵੇਂ ਹੋ ਗਿਆ ਪਰ ਹੋ ਜਾਂਦਾ ਹੋ ਜਾਂਦਾ ਤੇ ਪਤਾ ਨਹੀਂ ਕਿਦੋਂ ਤੱਕ ਹੁੰਦਾ ਰਹੂਗਾ ਤੇ ਪਤਾ ਨਹੀਂ ਕਿਵੇਂ-ਕਿਵੇਂ ਹੁੰਦਾ ਰਹੂਗਾ ਉਸ ਪਹਿਲੇ EVMs ਨੇ ਉਦੋਂ ਤੱਕ ਤਾਂ ਬਹੁਤ ਕੁਝ ਹੁੰਦਾ ਰਿਹਾ ਬਿਲਕੁਲ ਤੇ ਹੁਣ ਵੈਸੇ ਭਾਜਪਾ ਦੇ ਆਗੂ ਇਹ ਵੀ ਗੱਲ ਕਹਿੰਦੇ ਆ ਵੀ ਜਦੋਂ ਭਾਜਪਾ ਕਿਤੇ ਹਾਰਦੀ ਆ ਉਦੋਂ EVM ਸਹੀ ਹੁੰਦੀ ਆ ਤੇ ਜਦੋਂ ਕਿਤੇ ਭਾਜਪਾ ਜਿੱਤਦੀ ਆ ਤੇ ਉਦੋਂ EVM ਗਲਤ ਹੋ ਜਾਂਦੀ ਆ ਅੱਛਾ ਉਹ ਕਹਿੰਦੇ ਆ ਹਾਂ ਮੈਂ ਹੈਰਾਨ ਇਸ ਗੱਲ ਦੇ ਉੱਤੇ ਕਿ ਚਮਤਕਾਰ ਹੋਇਆ ਭਾਜਪਾ ਪਹਿਲੇ ਨੰਬਰ ਦੀ ਪਾਰਟੀ ਬਣ ਗਈ ਬਿਹਾਰ ਦੇ ਵਿੱਚ ਅੱਛਾ ਜੀ ਪਿਛਲੇ 20 ਸਾਲਾਂ ਤੋਂ ਸਾਂਝ ਪਿਆਲੀ ਹੈਗੀ ਨतीश ਕੁਮਾਰ ਦੀ ਭਾਜਪਾ ਦੇ ਨਾਲ ਪਰ ਉਹ ਹਮੇਸ਼ਾ ਇਹ ਗੱਲ ਕਹਦੇ ਹੁੰਦੇ ਆ ਕਿ ਅਸੀਂ ਬਿਗ ਬ੍ਰਦਰ ਆ ਤੇ ਇਹ ਹੈਗੇ ਸਮਾਲ ਬ੍ਰਦਰ ਤੇ ਮੇਰੇ ਲਿਟਲ ਬ੍ਰਦਰ ਆ ਭਾਜਪਾ ਯੰਗਰ ਬ੍ਰਦਰ ਯੰਗਰ ਬ੍ਰਦਰ ਆ ਮੇਰੇ ਪਰ ਹੁਣ ਜਦੋਂ ਭਾਜਪਾ ਨੇ ਵੱਧ ਸੀਟਾਂ ਲੈ ਲਈਆਂ ਨतीश ਕੁਮਾਰ ਦੀ ਪਾਰਟੀ ਨਾਲੋਂ ਉਹ ਕਹਿੰਦੇ ਵੀ ਯਾਰ ਯੰਗਰ ਬ੍ਰਦਰ ਆ ਆਪ ਦੀ ਲਿਟਲ ਬ੍ਰਦਰ ਉਹ ਨਹੀਂ ਯੰਗਰ ਮਤਲਬ ਛੋਟਾ ਹੁੰਦਾ ਯੰਗਰ ਛੋਟਾ ਹੁੰਦਾ ਹਾਂ ਮੈਨੂੰ ਕੀ ਪਤਾ ਆ ਉਹ ਕਹਿੰਦੇ ਆ ਵੀ ਅਸੀਂ ਲੋੰਗਰ ਬ੍ਰਦਰ ਐਲਡਰ ਬ੍ਰਦਰ ਆ ਲੌਂਗਰ ਮੇਰੀ ਅਗਰੇਜੀ ਆ ਮੈਂ ਕੀ ਕਰਾਂ ਮੇਰਾ ਲੋੰਗਰ ਵੀ ਗਲਤ ਦਾ ਛੋਟਾ ਹੀ ਕਹਿ ਲੋ ਮੇਰਾ ਲੋੰਗਰ ਵੀ ਗਲਤ ਲੋੰਗਰ ਵੀ ਗਲਤ ਮੇਰਾ ਯੰਗਰ ਵੀ ਗਲਤ ਹਾਂ ਤੁਸੀਂ ਵੱਡਾ ਛੋਟਾ ਕਹਿ ਲੋ ਹਾਂ ਐਲਡਰ ਬ੍ਰਦਰ ਆ ਉਹ ਤੇ ਉਹ ਯੰਗਰ ਬ੍ਰਦਰ ਆ ਅੱਛਾ ਹਾਂ ਮਤਲਬ ਕਹਿਣ ਦਾ ਇਹ ਹੈ ਜੀ ਕਿ ਮੋਦੀ ਹੋਰਾਂ ਦਾ ਇੱਕ ਵਾਰੀ ਫੇਰ ਸਿੱਕਾ ਚੱਲਿਆ ਜੀ ਤੇ ਪਤਾ ਨਹੀਂ ਕਿਵੇਂ ਚੱਲਿਆ ਜੀ ਬਿਲਕੁਲ ਇਹ ਉਹ ਵੇਲਾ ਜਦੋਂ ਬਿਹਾਰ ਦੇ ਵਿੱਚੋਂ ਸਭ ਤੋਂ ਵੱਧ ਮਜ਼ਦੂਰ ਤੁਰ ਕੇ ਮਰ ਗਏ ਹੂੰ ਕਿਉਂਕਿ ਤਾਲਾਬੰਦੀ ਸੀ ਕੋਈ ਰੇਲ ਗੱਡੀ ਨਹੀਂ ਸੀ ਕੋਈ ਹੋਰ ਵਹੀਕਲ ਨਹੀਂ ਸੀ ਚੱਲਦਾ ਪਾਸ ਲੈ ਕੇ ਬੰਦਾਬ ਦੇ ਘਰ ਤੱਕ ਜਾਂਦਾ ਸੀ ਤੁਰ ਕੇ ਜਾਂਦਾ ਸੀ ਜੀ ਕਿਸੇ ਨੇ 500 ਕਿਲੋਮੀਟਰ ਦਾ ਸਫ਼ਰ ਕੀਤਾ ਤੱਕ ਕਿਸ ਨੇ 1000 ਕਿਲੋਮੀਟਰ ਦਾ ਕੀਤਾ ਕੋਈ ਦਿਲ ਦੇ ਦੌਰੇ ਨਾਲ ਮਰ ਗਿਆ ਕਿਸੇ ਨੂੰ ਕੋਈ ਚੀਜ਼ ਲਤੜ ਗਈ ਪਰ ਫਿਰ ਵੀ ਜਿੱਤਦੇ ਜਾਂਦੇ ਆ ਤੇ ਬਾਈ ਹੈ ਕਮਾਲ ਦੀ ਗੱਲ ਜਦੋਂ ਭਾਰਤ ਦੀ ਜੀਡੀਪੀ ਦਾ ਸਵਾ ਸੱਤਿਆਨਾਸ਼ ਹੋ ਗਿਆ ਫਿਰ ਵੀ ਜਿੱਤਦੇ ਜਾਂਦੇ ਆ ਕਮਾਲ ਦੀ ਗੱਲ ਜਦੋਂ ਭਾਰਤ ਦੇ ਵਿੱਚ ਬੇਰੋਜ਼ਗਾਰੀ ਸਿਖਰ ਦੇ ਉੱਤੇ ਆ ਹਰ ਚੀਜ਼ ਮਹਿੰਗੀ ਆ ਫਿਰ ਵੀ ਜਿੱਤਦੇ ਜਾਂਦੇ ਆ ਸੱਚੀ ਮੁੱਚੀ ਹੈਰਾਨੀ ਦੀ ਗੱਲ ਬਿਲਕੁਲ ਸਹੀ ਹੈ ਬਣ ਕੀ ਗਿਆ ਜੱਤ ਕੇ ਬਸ ਅਗਲੇ ਉਹਨਾਂ ਨੇ ਜਿੱਤਣਾ ਸੀ ਮੁਬਾਰਕਾਂ ਬਾਈ ਹਾਂ ਦਾ ਸਾਹਿਬ ਇੱਕ ਬਹੁਤ ਹੀ ਦੁਖਦਾਇਕ ਤੇ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ ਇਸ ਖਬਰ ਨੂੰ ਸੁਣ ਕੇ ਪੜ੍ਹ ਕੇ ਮੈਂ ਸੱਚੀ ਹਿੱਲ ਗਈ ਵੀ ਇਦਾਂ ਵੀ ਹੋ ਜਾਂਦਾ ਆ ਆਪਾਂ ਅੱਗੇ ਵੀ ਡਾਕਟਰਾਂ ਦੀ ਗੱਲ ਕਰਦਾ ਹੀ ਰਹਨੇ ਆ ਕਿ ਡਾਕਟਰ ਸਾਡੇ ਮੁਲਕ ਦੇ ਵਿੱਚ ਪਰੇ ਤੋਂ ਪਰੇ ਵੀ ਨੇ ਜਿਨ੍ਹਾਂ ਨੂੰ ਵਾਕਈ ਰੱਬ ਦਾ ਦੂਜਾ ਰੂਪ ਤੇ ਉਰੇ ਤੋਂ ਉਰੇ ਵੀ ਨਹੀਂ ਜੀ ਰੱਬ ਦਾ ਦੂਜਾ ਰੂਪ ਜਿਨ੍ਹਾਂ ਨੂੰ ਕਿਹਾ ਜਾ ਸਕਦਾ ਹੈ ਤੇ ਦੂਸਰੇ ਬੰਨੇ ਜਿਹੜੇ ਉਰੇ ਤੋਂ ਉਰੇ ਵਾਲੇ ਉਹ ਕਿਹੋ ਜਿਹੇ ਵੀ ਜਾਂਦੇ ਆ ਰੱਬ ਦਾ ਦੂਜਾ ਰੂਪ ਹਨ ਤੇ ਰੱਬ ਦਾ ਦੂਜਾ ਰੂਪ ਕਿਹਾ ਜਾ ਸਕਦਾ ਤੇ ਰੱਬ ਦਾ ਦੂਜਾ ਰੂਪ ਮੰਨਿਏ ਕਿ ਨਾ ਇਹ ਤਿੰਨ ਵੱਖੋ ਵੱਖਰੀਆਂ ਗੱਲਾਂ ਰੱਬ ਦਾ ਦੂਜਾ ਰੂਪ ਮੰਨਿਏ ਕਿ ਨਾ ਮੰਨਿਏ ਇਹ ਵੱਡੀ ਗਣਤੀ ਦੇ ਵਿੱਚ ਹੈ ਜੀ ਔਰ ਜਿਹੜੀ ਖਬਰ ਮੈਂ ਹੁਣ ਸਾਂਝੀ ਕਰਨ ਲੱਗੀ ਆ ਉਹ ਸੁਣ ਕੇ ਤੁਸੀਂ ਵੀ ਹਿਲ ਜਾਓਗੇ ਕਿਉਂਕਿ ਮੋਗੇ ਦੇ ਵਿੱਚ ਪਿੰਡ ਹੈ ਬੁੱਧ ਸਿੰਘ ਵਾਲਾ ਉਸ ਪਿੰਡ ਦੇ ਵਿੱਚ ਇੱਕ 22 ਸਾਲਾਂ ਦੀ ਕੁੜੀ ਜਿਹੜੀ ਕਿ ਉਹਨੇ ਕੁਝ ਦਿਨਾਂ ਪਹਿਲਾਂ ਇੱਕ ਬੱਚੇ ਨੂੰ ਜਨਮ ਦਿੱਤਾ ਸੀ ਪਰ ਉਹਦੀ ਮੌਤ ਹੋ ਗਈ ਕੁੜੀ ਦੀ ਜਿਹੜੀ 22 ਸਾਲਾਂ ਔਰਤ ਸੀ ਉਹਦੀ ਮੌਤ ਹੋ ਗਈ ਸੋ ਘਰਦਿਆਂ ਨੇ ਚਲੋ ਜਿਵੇਂ ਵੀ ਹੈ ਇਹ ਇਥੇ ਤੀ ਦੇ ਵਿੱਚ ਆਪਣੇ ਉੱਪਰ ਕਾਬੂ ਪਾਇਆ ਔਰ ਉਸ ਤੋਂ ਬਾਅਦ ਜੋ ਵੀ ਅੰਤਮ ਰਸਮਾਂ ਸਿਉ ਕੀਤੀਆਂ ਗਈਆਂ ਜੀ ਕੁੜੀ ਦਾ ਸੰਸਕਾਰ ਕੀਤਾ ਤੇ ਉਸ ਤੋਂ ਬਾਅਦ ਜਦੋਂ ਅਗਲੇ ਦਿਨ ਫੁੱਲ ਚੁਗਣ ਦੇ ਲਈ ਪਰਿਵਾਰਕ ਜੀ ਉੱਥੇ ਗਏ ਤਾਂ ਫੁੱਲ ਚੁਗਦਿਆਂ ਉਹਨਾਂ ਨੂੰ ਉਹਦੇ ਫੁੱਲਾਂ ਦੇ ਵਿੱਚੋਂ ਕੈਂਚੀ ਮਿਲੀ ਤੇ ਇੱਥੇ ਇੱਕ ਸ਼ੱਕ ਦੀ ਸੂਈ ਪੈਦਾ ਹੋ ਗਈ ਇੱਥੋਂ ਇੱਕ ਬਹੁਤ ਵੱਡਾ ਵਿਵਾਦ ਪੈਦਾ ਹੋਇਆ ਜੀ ਇੱਥੋਂ ਇੱਕ ਖਬਰ ਪੈਦਾ ਹੋਈ ਵੀ ਇਹ ਸਾਡੇ ਡਾਕਟਰਾਂ ਦੀ ਕਰਤੂਤ ਕਿਹੋ ਜੀ ਆ ਕਿਉਂਕਿ ਇਸ ਕੁੜੀ ਦੇ ਜਦੋਂ ਜੰਮਣ ਪੀੜਾਂ ਉੱਠੀਆਂ ਤਾਂ ਇਹਨੂੰ ਲੈ ਕੇ ਗਏ ਹਸਪਤਾਲ ਦੇ ਵਿੱਚ ਡਾਕਟਰਾਂ ਨੇ ਵੱਡੇ ਆਪਰੇਸ਼ਨ ਦੇ ਰਾਹੀਂ ਬੱਚੀ ਨੂੰ ਜਨਮ ਦਿੱਤਾ ਉਸ ਤੋਂ ਬਾਅਦ ਇਹਨਾਂ ਨੇ ਅੰਗੈਲੀ ਵਰਤੀ ਤੇ ਉਸ ਕੁੜੀ ਦੇ ਢਿੱਡ ਦੇ ਵਿੱਚ ਕੈਂਚੀ ਛੜਤੀ ਤੇ ਤਿੰਨ ਚਾਰ ਦਿਨ ਇਹ ਕੁੜੀ ਆ ਜਿਹੜੀ ਵਿਚਾਰੀ ਇਹ ਦਰਦ ਨਾਲ ਤੜਫਦੀ ਰਹੀ ਪਤਾ ਹੀ ਨਹੀਂ ਲੱਗਾ ਟੱਬਰ ਨੇ ਜੀਆਂ ਨੂੰ ਵੀ ਗੱਲ ਕੀ ਬਣ ਗਈ ਆ ਵਿੱਚੋਂ ਰੌਲਾ ਕੀ ਆ ਮਾਜਰਾ ਕੀ ਆ ਉਹਨਾਂ ਨੂੰ ਸਮਝ ਨਾ ਲੱਗੇ ਵੀ ਇਹ ਤਾਂ ਤੋਂ ਪੇਨ ਹੁੰਦੀ ਆ ਇਹਨਾਂ ਦਰਦ ਕਿਉਂ ਹੁੰਦਾ ਤੇ ਫਿਰ ਇਹ ਤੀਜੇ ਚੌਥੇ ਦਿਨ ਕੋਲੀ ਦਮ ਤੋੜ ਗਈ ਆ ਤੇ ਹੁਣ ਡਾਕਟਰ ਪੈਰਾਂ ਦੇ ਉੱਤੇ ਪਾਣੀ ਨਹੀਂ ਪੈਣ ਦਿੰਦੇ ਕੈਂਚੀ ਉਹ ਲੱਭ ਵੀ ਗਈ ਆ ਖੁੱਲਾਂ ਦੇ ਵਿੱਚੋਂ ਫੇਰ ਨਹੀਂ ਮੰਨਦੇ ਕਹਿੰਦੇ ਜੀ ਸਾਡਾ ਕੋਈ ਕਸੂਰ ਹੈ ਨਹੀਂ ਸਰਕਾਰੀ ਹਸਪਤਾਲ ਦੇ ਵਿੱਚ ਇਹ ਸਾਰਾ ਕੁਝ ਹੋਇਆ ਉੱਥੋਂ ਦੇ ਔਰ ਮੈਂ ਹੈਰਾਨ ਆ ਸਾਰਾ ਕੁਝ ਹੱਥ ਦੇ ਵਿੱਚ ਹੋਣ ਦੇ ਬਾਵਜੂਦ ਵੀ ਉਹ ਮੰਨ ਕੇ ਰਾਜ਼ੀ ਨਹੀਂ ਵੀ ਸਾਡੀ ਅਣਗਹਿਲੀ ਦਾ ਕਰਕੇ ਸਾਡੀ ਗਲਤੀ ਦਾ ਕਰਕੇ ਆ ਕੁਝ ਹੋਇਆ ਤੁਸੀਂ ਵੇਖੋ ਮੈਂ ਹੈਰਾਨ ਆ ਕੈਂਚੀ ਕਿਤੇ ਨਿੱਕੀ ਜੀ ਹੁੰਦੀ ਹੈ ਵੀ ਜਿਹੜੀ ਨਜ਼ਰ ਹੀ ਨਹੀਂ ਆਈ ਮਤਲਬ ਘੱਟੋ ਘੱਟ ਐਡੀ ਨਹੀਂ ਤਾਂ ਵੱਡੀ ਤਾਂ ਹੋਊਗੀ ਨਾ ਤੁਹਾਨੂੰ ਕੈਂਚੀ ਨਹੀਂ ਦੇਖੀ ਕਦੇ ਤੁਸੀਂ ਕਪੜਾ ਭੁੱਲ ਜਾਂਦੇ ਹੋ ਕਦੇ ਦਸਤਾਨਾ ਭੁੱਲ ਜਾਂਦੇ ਹੋ ਹਨਾ ਕਦੇ ਤੁਸੀਂ ਸੂਈ ਭੁੱਲ ਜਾਂਦੇ ਹੋ ਕਦੀ ਤੁਸੀਂ ਕੁਛ ਕਦੀ ਕੁਛ ਹੱਦ ਹੁੰਦੀ ਹੈ ਤੁਸੀਂ ਦੂਜੇ ਬੰਦੇ ਨੂੰ ਬੰਦਾ ਜਾਣਦੇ ਹੀ ਨਹੀਂ ਤੁਹਾਨੂੰ ਤੁਹਾਡੇ ਲਈ ਉਹਦੀ ਜ਼ਿੰਦਗੀ ਦੀ ਸ਼ਾਇਦ ਕੋਈ ਕੀਮਤ ਨਾ ਹੋਊਗੀ ਪਰ ਉਸ ਬੱਚੀ ਦੇ ਲਈ ਜਿਹਨੇ ਜਨਮ ਲਿਆ ਉਹਦੇ ਪਰਿਵਾਰਕ ਜੀਆਂ ਦੇ ਲਈ ਬਹੁਤ ਜ਼ਿਆਦਾ ਕੀਮਤੀ ਸੀ ਉਹਦੀ ਜਾਨ ਇਹਨਾਂ ਗੱਲਾਂ ਦੇ ਕਰਕੇ ਲੋਕ ਨਿੱਜੀ ਹਸਪਤਾਲਾਂ ਵੱਲ ਭਾਈਦੇ ਆ ਤੇ ਨਿੱਜੀ ਹਸਪਤਾਲ ਦੇ ਵਿੱਚ ਜਿਹੜਾ ਬੰਦਾ ਨਹੀਂ ਜਾ ਸਕਦਾ ਉਹ ਸਰਕਾਰੀ ਹਸਪਤਾਲ 'ਤੇ ਮਜਬੂਰੀ ਵਸ ਜਾਂਦਾ ਉਹਨਾਂ ਹਸਪਤਾਲਾਂ ਦੇ ਵਿੱਚ ਜਾਂਦਾ ਜਿਹੜੇ ਆਪ ਬਿਮਾਰ ਹੋਏ ਪਏ ਆ ਜਿੱਥੇ ਪਹਿਲੀ ਗੱਲ ਡਾਕਟਰ ਨਹੀਂ ਲੱਭਦਾ ਡਾਕਟਰ ਲੱਭ ਜੇ ਨਰਸ ਨਹੀਂ ਹੁੰਦੀ ਨਰਸ ਲੱਭ ਜੇ ਉੱਥੇ ਬੈੱਡ ਨਹੀਂ ਹੁੰਦਾ ਬੈੱਡ ਹੋਵੇ ਉੱਥੇ ਦਵਾਈ ਨਹੀਂ ਹੁੰਦੀ ਉੱਥੇ ਕੋਈ ਨਾ ਕੋਈ ਝਜੂ ਪਿਆ ਹੀ ਰਹਿੰਦਾ ਤੇ ਏਸ਼ ਕਰਕੇ ਲੋਕ ਆ ਜਿਹੜੇ ਉਹ ਆਵਾਜ਼ਾਰ ਹੁੰਦੇ ਆ ਤੇ ਇਸੇ ਗੱਲ ਕਰਕੇ ਹੀ ਲੋਕ ਦੇਸ਼ ਛੱਡ ਛੱਡ ਕੇ ਬਾਹਰ ਨੂੰ ਜਾ ਰਹੇ ਆ ਵੀ ਯਾਰ ਜ਼ਮੀਨ ਵੇਚ ਦਿਓ ਘਰ ਵੇਚ ਦਿਓ ਕਰਜ਼ਾ ਚੁਕ ਲੋ ਨਿਆਣੇ ਬਾਹਰ ਕੱਢ ਦਿਓ ਹੌਲੀ ਹੌਲੀ ਸਾਰੇ ਨਿਕਲ ਜਾਣਗੇ ਸੋ ਜੇਕਰ ਸਾਡੇ ਦੇਸ਼ ਦੇ ਪ੍ਰਬੰਧ ਚੰਗੇ ਹੋਣ ਸਾਡੇ ਦੇਸ਼ ਦਾ ਕਾਨੂੰਨ ਚੰਗਾ ਹੋਵੇ ਸਾਡੇ ਦੇਸ਼ ਦੇ ਵਿੱਚ ਅਮਨ ਅਸਲ ਅਰਥਾਂ ਦੇ ਵਿੱਚ ਹੋਵੇ ਤਾਂ ਕਿਸੇ ਦਾ ਜੀ ਨਹੀਂ ਕਰਦਾ ਕਿ ਆਪਣੀ ਜੰਮਣ ਭੋਏ ਨੂੰ ਛੱਡ ਗਏ ਬਿਲਕੁਲ ਸਹੀ ਗੱਲ ਐ ਸੋ ਖੈਰ ਆਪਾਂ ਹੁਣ ਫਿਲਹਾਲ ਸਾਡੇ ਜਾਣ ਦਾ ਵੇਲਾ ਹੋ ਗਿਆ ਤੇ ਪ੍ਰੋਗਰਾਮ ਨੂੰ ਇੱਥੇ ਹੀ ਸਮੇਟਦੇ ਹਾਂ ਜੀ ਤੁਸੀਂ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੱਕ ਪਹੁੰਚਾਓ ਦੋਵਾਂ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਜੱਜ ਦਾ ਵਿਚਾਰ